ਮੈਨੂੰ ਮਾਣ ਪੰਜਾਬੀ ਬੋਲੀ ਤੇ ਜਿਹੜੀ ਦੁਨੀਆ ਉੱਤੇ ਛਾਈ ਹੋਈ ਹੈ ਮੈਨੂੰ ਮਾਣ ਪੰਜਾਬੀ ਬੋਲੀ ਤੇ ਜਿਹੜੀ ਦੁਨੀਆ ਉੱਤੇ ਛਾਈ ਹੋਈ ਹੈ ਪੰਜਾਬੀ ਜਿੱਥੇ ਵੀ ਕਿਧਰੇ ਜਾ ਬੈਠੇ ਉਹਨਾਂ ਵੱਖਰੀ ਟੌਰ ਬਣਾਈ ਹੋਈ ਹੈ ਟੌਰ ਬੜੇ ਵੀ ਕਿਉਂ ਨਾ ਐਸਾ ਕੋਈ ਨਾ ਡੱਠਾ ਜਹਾਨ ਅੰਦਰ ਜੀ ਦਾ ਪੰਜਾਬੀਆਂ ਵਰਗਾ ਦਿਲ ਹੋਵੇ ਇਹ ਹਰ ਜੰਗ ਜਿੱਤ ਨਹੀਂ ਜਾਣਦੇ ਨੇ ਚਾਹੇ ਦਿਲ ਹੋਵੇ ਚਾਹੇ ਕਾਰਗਿਲ ਹੋਵੇ ਇਹਨਾਂ ਬਹੁਤ ਹੀ ਵਧੀਆ ਲੈਣਾਂ ਨਾਲ ਮੈਂ ਹਾਜ਼ਰ ਹਾਂ ਇੰਦਕਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਬੂਲ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਖਾਇ ਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਪੰਜਾਬੀਆਂ ਦੀ ਗੱਲ ਕੀਤੀ ਹੈ ਜਿਵੇਂ ਹਰ ਜੰਗ ਕਹਿੰਦੇ ਜਿਤਨਾ ਜਾਣਦੇ ਨੇ ਤੇ ਪਿੱਛੇ ਜਿਹੜੀ ਜੰਗ ਜਿੱਤੀ ਹੈ ਪੰਜਾਬੀਆਂ ਨੇ ਉਹ ਕਿਸਾਨ ਅੰਦੋਲਨ ਵਾਲੀ ਜੰਗ ਜਿਹੜੀ ਸੀਗੀ ਸੋ ਪੰਜਾਬੀਆਂ ਦੇ ਹਮੇਸ਼ਾ ਸਿਰਾਂ ਇਹ ਜਾਂਦਾ ਪੰਜਾਬੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕਿਤੇ ਪ੍ਰੋਬਲਮ ਹੁੰਦੀ ਹੈ ਤਾਂ ਪੰਜਾਬੀ ਮੂਰੇ ਹੁੰਦੇ ਨੇ ਕਈ ਹਰ ਹੋਣ ਚਾਹੇ ਕਰੋਨਾ ਦੀ ਗੱਲ ਕਰ ਲਈਏ ਚਾਹੇ ਕਿਤੇ ਵੀ ਗੱਲ ਕਰ ਲਈਏ ਜਿੱਥੇ ਪੰਜਾਬੀ ਹਰ ਖੇਤਰ ਦੇ ਵਿੱਚ ਮੋਹਰੇ ਨੇ ਤਕਰੀਬਨ ਉੱਥੇ ਅਸੀਂ ਕਹਿ ਸਕਦੇ ਹਾਂ ਐਂਟਰਟੇਨਮੈਂਟ ਦੀ ਗੱਲ ਕਰ ਲਈਏ ਚਾਹੇ ਇਤਿਹਾਸ ਦੀ ਗੱਲ ਕਰ ਲਈਏ ਚਾਹੇ ਅਸੀਂ ਕੋਈ ਹੋਰ ਕਿਸੇ ਤਰ੍ਹਾਂ ਦੀ ਮਨੋਰੰਜਨ ਦੀ ਗੱਲ ਕਰ ਲਈਏ ਤਾਂ ਉਹਦੇ ਚੀ ਪੰਜਾਬੀ ਮੂਰੇ ਨੇ ਅੱਜਕੱਲ੍ਹ ਪੰਜਾਬੀ ਫਿਲਮਾਂ ਬਹੁਤ ਵੱਡੇ ਪੱਧਰ ਤੇ ਪਸੰਦ ਕੀਤੀਆਂ ਜਾ ਰਹੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਜਿਹੇ ਹਿੱਸੇ ਆ ਉਹਦੇ ਚ ਅਸੀਂ ਗੱਲ ਕਰਾਂਗੇ ਇੱਕ ਫਿਲਮ ਜਿਹੜੀ ਆ ਬਿਲਕੁਲ ਨਵੀਂ ਰਿਲੀਜ਼ ਹੋਣ ਜਾ ਰਹੀ ਹੈ ਪਹਿਲਾਂ ਤਾਂ ਫਿਲਮ ਦਾ ਨਾਮ ਬਿਲਕੁਲ ਵੱਖਰਾ ਹੈ ਦੂਜੀ ਇਹ ਗੱਲ ਹੈ ਜਦੋਂ ਸਾਡੇ ਦਰਸ਼ਕ ਟ੍ਰੇਲਰ ਦੇਖਣਗੇ ਜਾਂ ਗੱਲਬਾਤ ਕਰਨਗੇ ਮਹਿਮਾਨ ਦੇ ਨਾਲ ਤਾਂ ਉਦੋਂ ਪਤਾ ਲੱਗੂਗਾ ਫਿਲਮ ਦਾ ਕਨਸੈਪਟ ਵੀ ਜਿਹੜਾ ਬਿਲਕੁਲ ਵੱਖਰਾ ਹੈ ਵੱਖਰੀ ਤਰ੍ਹਾਂ ਦੀ ਫਿਲਮ ਇੱਕ 10 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ ਜਮਰੋਦ ਉਹਦੇ ਡਾਇਰੈਕਟਰ ਜਿਹੜੇ ਨੇ ਨਵਤੇਜ ਸੰਧੂ ਜੀ ਆ ਸਾਡੇ ਕੈਲੀਫੋਰਨੀਆ ਸਟੂਡੀਓ ਦੇ ਵਿੱਚ ਆਏ ਆ ਸੋ ਅਸੀਂ ਚਾਹਿਆ ਫਿਰ ਸਾਡੇ ਦਰਸ਼ਕਾਂ ਨਾਲ ਗੱਲਬਾਤ ਕਰਾਈ ਜਾਵੇ ਫਿਲਮ ਬਾਰੇ ਜਾਣਕਾਰੀ ਦਿੱਤੀ ਜਾਵੇ ਸੋ ਸਵਾਗਤ ਕਰਦੇ ਹਾਂ ਜੀ ਨਵਤੇਜ ਸੰਧੂ ਸਾਹਿਬ ਦਾ ਪਾਈ ਸਤਿ ਸ਼੍ਰੀ ਅਕਾਲ ਵਾਪਸ ਸਵਾਗਤ ਸਤਿ ਸ਼੍ਰੀ ਅਕਾਲ ਜੱਗੀ ਭਾਜੀ ਔਰ ਜਸ ਪੰਜਾਬੀ ਦੇ ਜਲਵੇ ਜੱਗੀ ਦੇ ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੇਰੇ ਖਿਆਲ ਤੁਹਾਡਾ ਜਿੱਥੇ ਅਸੀਂ ਸਟੂਡੀਓ 'ਚ ਸਵਾਗਤ ਕਰਦੇ ਹਾਂ ਜੀ 쇼 'ਚ ਸਵਾਗਤ ਕਰਦੇ ਹਾਂ ਉੱਥੇ ਮੇਰੇ ਖਿਆਲ ਕੈਲੀਫੋਰਨੀਆ ਦੇ ਵਿੱਚ ਵੀ ਸਵਾਗਤ ਕਰਦੇ ਹਾਂ ਤੁਸੀਂ ਥੋੜਾ ਸਮਾਂ ਪਹਿਲਾਂ ਹੀ ਇੱਥੇ ਆਏ ਹੋ ਕੈਲੀਫੋਰਨੀਆ ਦੇ ਵਿੱਚ ਹਾਂਜੀ ਜਬਰੌਜ਼ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਮੇਨਲੀ ਆਇਆ ਔਰ ਤੁਹਾਡੇਦਰ ਅਮਰੀਕਾ ਦੇ ਬਹੁਤ ਮੰਨੇ ਪ੍ਰਮੰਨੇ ਥੀਏਟਰ ਆਰਟਿਸਟ ਅਸ਼ੋਕ ਟਾਂਗਰੀ ਜੀ ਉਹਨਾਂ ਦੀ ਮਿਹਰਬਾਨੀ ਸਦਕਾ ਅੱਜ ਤੁਹਾਡੇ ਵੀ ਦਰਸ਼ਨ ਹੋ ਰਹੇ ਔਰ ਤੁਹਾਡੇ ਰਾਹੀਂ ਅੱਜ ਸਾਰੀ ਦੁਨੀਆ 'ਚ ਆਪਣੀ ਆਵਾਜ਼ ਪਹੁੰਚਾਉਣ ਦਾ ਮੌਕਾ ਮਿਲਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਟਾਂਗਰੀ ਸਾਹਿਬ ਸਾਡੇ ਹੈਗੇ ਤੇ ਕਹਿੰਦੇ ਨੇ ਨੇੜੇ ਹੀ ਰਹਿੰਦੇ ਪਰ ਦੇਖਦੇ ਜੇ ਕਿ ਦੂਰ ਦੇ ਗਵਾਂਢੀ ਆ ਅੱਜ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜੀ ਅੱਛਾ ਨਵਤੇਜ ਸੰਧੂ ਸਾਹਿਬ ਤੁਹਾਡੀ ਫਿਲਮ ਜਿਹੜੀ ਹੈ ਜੀ ਇਹ ਗੱਲ ਕਰਨ ਤੋਂ ਪਹਿਲਾਂ ਇਸ ਫਿਲਮ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਕਾਵਾਂਗਾ ਸਾਡੇ ਦਰਸ਼ਕਾਂ ਵਾਸਤੇ ਕਿ ਇਸ ਤੋਂ ਪਹਿਲਾਂ ਤੁਹਾਡੇ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਸੀ ਜਾਂ ਫਿਲਮਾਂ ਸੀ ਜਾਂ ਹੋਰ ਕੋਈ ਜਿਹੜਾ ਤੁਸੀਂ ਕੀਤਾ ਕੰਮ ਉਹਦੇ ਬਾਰੇ ਜਾਣਕਾਰੀ ਜੱਗੀ ਭਾਈ ਜੀ ਮੈਂ ਸਨ 2013 ਦੇ ਵਿੱਚ ਡਾਇਰੈਕਸ਼ਨ ਲਾਈਨ ਚ ਆ ਗਿਆ ਸੀ ਔਰ ਮੈਂ ਫੀਚਰ ਫਿਲਮ ਸ਼ੁਰੂ ਕਰਨ ਤੋਂ ਪਹਿਲੇ ਇੱਕ ਕਹੋ ਕਿ ਲਰਨਿੰਗ ਪ੍ਰੋਸੈਸ ਦੇ ਤੌਰ ਦੇ ਉੱਤੇ ਵੀ ਮੈਂ ਪਹਿਲੇ ਸ਼ਾਰਟ ਫਿਲਮਾਂ ਕੀਤੀਆਂ ਔਰ ਬਹੁਤ ਬਾਬਾ ਜੀ ਦੀ ਮਿਹਰ ਰਹੀ ਕਿ ਅਵਾਰਡ ਵਿਨਿੰਗ ਸ਼ਾਰਟ ਫਿਲਮਾਂ ਸੀਗੀਆਂ ਔਰ ਕਾਫੀ ਐਪਰੀਸ਼ੀਏਸ਼ਨ ਮਿਲਦੀ ਰਹੀ ਉਹਨਾਂ ਨੂੰ ਜਿੰਨਾ ਚ ਨੂਰਾ ਜੀ ਤੇ ਉਸ ਤੋਂ ਬਾਅਦ ਮੈਂ ਕਿਤੀ ਕੰਬ ਦੀ ਡਿਊੜੀ ਫੇਰ ਮੈਂ ਕਿਤੀ ਡਾਟਰ ਆਫ ਦਾ ਬਿਨ ਕੂੜੇਦਾਨ ਦੀ ਜਾਈ ਜਿਸ ਵਿੱਚ ਕਿ ਰਾਣਾ ਰਣਵੀਰ ਭਾਜੀ ਨੇ ਬਹੁਤ ਸੋਹਣਾ ਕੰਮ ਕੀਤਾ ਸੀ ਫੇਰ ਮੈਂ ਕਿਤੀ ਆਪਣੇ ਗਵਾਚੀ ਪੱਗ ਜੀ ਗਵਾਚੀ ਪੱਗ ਤੋਂ ਬਾਅਦ ਮੈਂ ਇੱਕ ਦੋ ਫਿਲਮਾਂ ਹੋਰ ਵੀ ਕੀਤੀਆਂ ਅੱਛਾ ਰੈਕਗਨਿਸ਼ਨ ਮਿਲੀ ਬਟ ਜਦੋਂ ਫਿਰ ਮੇਰੀਆਂ 6 ਸ਼ਾਰਟ ਫਿਲਮਾਂ ਹੋ ਗਈਆਂ ਤੇ ਉਸ ਤੋਂ ਬਾਅਦ ਫੇਰ ਮੈਨੂੰ ਲੱਗਾ ਕਿ ਹੁਣ ਮੈਂ ਫੀਚਰ ਫਿਲਮ ਕਰਨ ਲਈ ਤਿਆਰ ਹਾਂ ਤੇ ਫਿਰ ਜਮਰੋਦ ਦੀ ਅਸੀਂ ਫੀਚਰ ਫਿਲਮ ਤੁਹਾਡੀ ਪਹਿਲੀ ਫਿਲਮ ਹੈ ਮੇਰੀ ਪਹਿਲੀ ਫੀਚਰ ਫਿਲਮ ਹੈ ਜੀ ਤੇ ਆਪਾਂ ਫਿਲਮ ਬਾਰੇ ਜਾਣਕਾਰੀ ਇਸ ਤੋਂ ਪਹਿਲਾਂ ਕਿ ਦਈਏ ਕਿ ਕਿਵੇਂ ਰਿਹਾ ਤਜਰਬਾ ਫਿਰ ਤੁਹਾਡੀਆਂ ਸ਼ਾਰਟ ਫਿਲਮਾਂ ਤੋਂ ਬਾਅਦ ਫੀਚਰ ਫਿਲਮ ਦਾ ਤਜਰਬਾ ਜਾਂ ਬਿਲਕੁਲ ਸੇਮ ਗੱਲ ਹੈ ਕਿ ਚਾਹੇ ਸ਼ਾਰਟ ਫਿਲਮ ਆ ਜਾਂ ਫੀਚਰ ਫਿਲਮ ਚਾਹੇ ਗਾਣਾ ਸ਼ੂਟ ਕਰਨਾ ਸੇਮ ਹੀ ਗੱਲ ਹੈ ਜਾਂ ਕੋਈ ਫਰਕ ਲੱਗਦਾ ਨਹੀਂ ਜੀ ਹਰ ਇੱਕ ਦਾ ਆਪੋ ਆਪਣਾ ਚਲੋ ਫੀਲ ਹੈ ਆਪੋ ਆਪਣਾ ਉਹਦਾ ਐਕਸਪੀਰੀਅੰਸ ਹੈ ਪਰ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਸ਼ਾਰਟ ਫਿਲਮਾਂ ਹੁੰਦੀਆਂ ਨੇ ਉਹ ਜ਼ਿਆਦਾ ਟਫ ਹੁੰਦੀਆਂ ਬਣਾਉਣੀਆਂ ਕਿਉਂਕਿ ਉਹ ਚ ਤੁਸੀਂ ਬਹੁਤ ਥੋੜੇ ਟਾਈਮ 'ਚ ਸਾਰਾ ਮੈਸੇਜ ਦੇਣਾ ਹੁੰਦਾ ਸੋ ਉਹ ਜ਼ਿਆਦਾ ਕ੍ਰੀਏਟਿਵਟੀ ਵੀ ਉਹ ਚ ਜ਼ਿਆਦਾ ਹੁੰਦੀ ਹੈ ਜੀ ਫੀਚਰ ਫਿਲਮ ਤਾਂ ਥੋੜਾ ਜਿਆਦਾ ਸਾਨੂੰ ਇਹ ਹੁੰਦਾ ਕਿ ਸਿਨੇਮੈਟਿਕ ਫਰੀडम ਮਿਲਦੀ ਹੈ ਥੋੜਾ ਟਾਈਮ ਖੁੱਲਾ ਮਿਲ ਜਾਂਦਾ ਹੈ ਗਾਣੇ ਵਗੈਰਾ ਜੀ ਪਰ ਇਹ ਹੈ ਕਿ ਇਹ ਵੀ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਫੀਚਰ ਫਿਲਮ ਵੀ ਕੁਝ ਇਦਾਂ ਦੀ ਹੋਏ ਵੀ ਤੁਸੀਂ ਕੁਝ ਦਿਖਾ ਸਕੋ ਐਟਲੀਸਟ ਕਹਾਣੀ ਹੋਏ ਔਰ ਕਿੱਦਾਂ ਰਿਪਰੈਜ਼ੈਂਟ ਕਰਦੇ ਹੋ ਉਸ ਚੀਜ਼ ਨੂੰ ਇਹ ਡਿਪੈਂਡ ਕਰਦਾ ਸੋ ਇਹ ਅੱਛਾ ਮੇਰਾ ਵੀ ਵਾਅ ਵਾਸਤਾ ਪਿਆ ਥੋੜਾ ਬਹੁਤ ਫੀਚਰ ਫਿਲਮਾਂ ਨਾਲ ਅੱਛਾ ਮੇਰੇ ਫੀਚਰ ਫਿਲਮਾਂ ਵਾਲੇ ਦੇਖਿਆ ਵੀ ਉਹ ਇੱਕ ਦਿਨ 2-3 ਮਿੰਟ ਦੀ ਫੁਟੇਜ ਜਿਹੜੀ ਹੁੰਦੀ ਹੈ ਫਿਲਮ ਦੀ ਜੀ ਉਹ ਕੱਢਦੇ ਨੇ ਪੂਰੇ ਦਿਨ ਦੇ ਵਿੱਚ ਉਹ ਜਾਣ ਕੇ ਇਦਾਂ ਕੱਢਦੇ ਜਾਂ ਉਹ ਕੱਢਣੀ ਪੈਂਦੀ ਹੈ ਰੋਕ ਕੰਮ ਕਰ ਜਾਂਦੇ ਕਿ ਆਪਾਂ ਜਦੋਂ ਸ਼ਾਰਟ ਫਿਲਮ ਕਰਦੇ ਆ ਉਹ ਟੁਕੜ ਟੁਕੜ 10-15 ਮਿੰਟ ਦੀ ਫੁਟੇਜ ਫਿਲਮ ਇੱਕ ਬਿੰਦ ਦੀ ਕਰ ਲੈਂਦੇ ਆ ਜੀ 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 ਤੇ ਜਿਹਦੇ 10-15 ਮਿੰਟ ਦੀ ਫਿਲਮ ਨਿਕਲ ਆਉਂਦੀ ਹੈ ਜੀ 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 ਤੇ ਫੀਚਰ ਫਿਲਮਾਂ ਦੇ ਵਿੱਚ ਉਹ ਇੰਨੀ ਕਿ 3-4 ਮਿੰਟ ਦੀ ਵਸੇ ਕਰਦੇ ਜੀ ਉਹ ਤਾਂ ਕੀ ਕਾਰਨ ਹੁੰਦਾ ਉਹਦਾ ਪਰਿਗਤਤਾ ਇਹ ਵੀ ਹਰ ਇੱਕ ਮੇਕਰ ਦਾ ਆਪ ਉਹ ਆਪਣਾ ਸਟਾਈਲ ਹੁੰਦਾ ਕੰਮ ਕਰਨ ਦਾ ਇਹ ਕਦੇ 'ਚ ਇਹ ਵੀ ਬੜਾ ਵੱਡਾ ਰੀਜ਼ਨ ਹੈ ਕਿ ਹੋਮਵਰਕ ਤੁਸੀਂ ਪਹਿਲੇ ਕਿੱਥੋਂ ਹੁੰਦਾ ਕਿ ਨਹੀਂ ਹੋਮਵਰਕ ਮੈਂ ਕਹਿੰਦਾ ਕਿ ਪ੍ਰੀ-ਪ੍ਰੋਡਕਸ਼ਨ ਮਤਲਬ ਸ਼ੂਟ ਤੋਂ ਪਹਿਲੇ ਤੁਸੀਂ ਕਿੰਨਾ ਕੁ ਸਟੋਰੀ ਦੇ ਉੱਤੇ ਕੰਮ ਕੀਤਾ ਹੋਇਆ ਕਿੰਨੀ ਕਿ ਡਿਟੇਲਿੰਗ ਸਭ ਕੁਝ ਨੋਟ ਕੀਤਾ ਕੀ ਕੁਝ ਜਿੰਨਾ ਤੁਸੀਂ ਹੋਮਵਰਕ ਪਹਿਲੇ ਕੀਤਾ ਹੋਊਗਾ ਤੁਹਾਡਾ ਫਿਰ ਸੈੱਟ ਦੇ ਉੱਤੇ ਟਾਈਮ ਨਹੀਂ ਵੇਸਟ ਹੁੰਦਾ ਸੋ ਤੁਸੀਂ 19 ਜ਼ਿਆਦਾ ਫੁਟੇਜ ਕੱਢ ਸਕਦੇ ਹੋ ਜੀ ਤਾਂ ਵੈਸੇ ਇੱਕ ਉਸਾਰੀ ਇਹਦਾ ਨਹੀਂ ਮੈਨੂੰ ਪਤਾ ਨਹੀਂ ਤੁਹਾਡਾ ਤਾਂ ਇਨਾ ਐਕਸਪੀਰੀਅੰਸ ਹੈ ਵੈਸੇ ਜਦੋਂ ਅਸੀਂ ਹੁਣ ਜਮਰਾਤ ਬਾਰੇ ਗੱਲ ਜਰੂਰ ਕਰਨੀ ਚਾਹਾਂਗੇ ਜੀ ਕੀ ਇਹਦਾ ਕਨਸੈਪਟ ਕਿਵੇਂ ਆਇਆ ਤੁਸੀਂ ਤੁਹਾਡੇ ਦਿਮਾਗ ਚ ਆਇਆ ਜਾਂ ਵਿਰਾਸਤ ਸੰਧ ਉਹਨਾਂ ਨੇ ਤੁਹਾਡਾ ਸੰਪਰਕ ਕੀਤਾ ਇਹਦੀ ਜਿਹੜੀ ਬੇਸ ਕਿੰਦੇ ਵੀ ਕਿਸੇ ਵੀ ਮਕਾਨ ਦੀ ਕੋਈ ਆਪਾਂ ਰੱਖਦੇ ਪਹਿਲਾਂ ਨੀਂਹ ਰੱਖਣੀ ਪੈਂਦੀ ਹੈ ਨੀਂਹ ਰੱਖਣੀ ਬੰਦ ਸੋ ਇਹ ਜਮਰੋਦ ਦੀ ਨੀਂਹ ਕਿਵੇਂ ਰੱਖੀ ਗਈ ਤੇ ਉਹ ਫਿਰ ਕਿਵੇਂ ਇਹਦੇ ਉੱਪਰ ਪੂਰੀਆਂ ਪੂਰੀ ਕਈ ਮੰਜ਼ਲਾਂ ਸੀ ਬਿਲਡਿੰਗ ਕਹਿ ਸਕਦੇ ਹਾਂ ਕਾਮਯਾਬੀਆਂ ਦੀ ਬਣੇਗੀ ਕਿਵੇਂ ਬਣੇਗੀ ਅ ਜਮਰੋਦ ਦੀ ਕਹਾਣੀ ਮੈਂ ਜਦੋਂ ਮੈਂ ਆਪਣੀ 6 ਸ਼ਾਰਟ ਫਿਲਮਾਂ ਤੋਂ ਬਾਅਦ ਪਲਾਨ ਕੀਤਾ ਫਾਈਨਲ ਕੀਤਾ ਕਿ ਹੁਣ ਫੀਚਰ ਫਿਲਮ ਕਰਦੇ ਆ ਤਾਂ ਮੈਂ ਲਿਟਰੇਚਰ ਪੜਨਾ ਸ਼ੁਰੂ ਕੀਤਾ ਬਹੁਤ ਮੇਰੀਆਂ ਜਿੰਨੀਆਂ ਵੀ ਫਿਲਮਾਂ ਦੀ ਸਾਰੀਆਂ ਲਿਟਰੇਚਰ ਬੇਸਡ ਕਹਾਣੀਆਂ ਦੇ ਉੱਤੇ ਮੈਂ ਕਿਤਾ ਕੰਮ ਹੈ ਲਿਟਰੇਚਰ ਚੋਂ ਬਾਹਰ ਨਹੀਂ ਗਿਆ ਕਿਉਂਕਿ ਮੈਨੂੰ ਪਤਾ ਵੀ ਸਾਡਾ ਬਹੁਤ ਰਿਚ ਹੈ ਲਿਟਰੇਚਰ ਸੋ ਜਦੋਂ ਮੈਂ ਫੀਚਰ ਫਿਲਮ ਲਈ ਕਹਾਣੀ ਫਾਈਨਲ ਕਰਨੀ ਸ਼ੁਰੂ ਕਰਨੀ ਸੀ ਤਾਂ ਮੈਂ ਪੜਨਾ ਸ਼ੁਰੂ ਕੀਤਾ ਬਹੁਤ ਕਹਾਣੀਆਂ ਪੜੀਆਂ ਲਿਟਰੇਚਰ ਦੀਆਂ ਪਰ ਜਦੋਂ ਜਮਰੋਦ ਪੜੀ ਤਾਂ ਮੈਂ ਉੱਥੇ ਫਿਰ ਸਾਰਾ ਕੁਝ ਬੰਦ ਕਰਤਾ ਕਿ ਨਹੀਂ ਇਹ ਹੀ ਇੱਕ ਕਹਾਣੀ ਹੈ ਜਿਹਦੇ ਨਾਲ ਮੈਂ ਆਪਣਾ ਡ੍ਰੀਮ ਪ੍ਰੋਜੈਕਟ ਕਹਿ ਸਕਦਾ ਕਿ ਸ਼ੁਰੂ ਕਰ ਸਕਦਾ ਆਪਣਾ ਐਜ਼ ਅ ਫਿਚਰ ਫਿਲਮ ਡਾਇਰੈਕਟਰ ਸ਼ੁਰੂ ਕਰ ਸਕਦਾ ਕਿਉਂਕਿ ਇਹ ਕਹਾਣੀ ਵਿਰਿਆਮ ਸਿੰਘ ਸੰਧੂ ਸਾਡੇ ਬਹੁਤ ਵੱਡੇ ਕਹਾਣੀਕਾਰ ਨੇ ਉਹਨਾਂ ਦੀ ਲਿਖੀ ਕਹਾਣੀ ਹੈ ਕਹਾਣੀ ਵਿਰਿਆਮ ਸਿੰਘ ਸੰਧੂ ਸਾਹਿਬ ਉਹਨਾਂ ਦੀ ਹੈ ਜੀ 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 ਤੇ ਵਿਰਾਸਤ ਸੰਧੂ ਨਹੀਂ ਵਿਰਿਆਮ ਸਿੰਘ ਸੰਧੂ ਜੀ ਵਿਰਿਆਮ ਸਿੰਘ ਸੰਧੂ ਜੀ ਸੌਰੀ ਮੈਂ ਨਾਮ ਪਿਲੰਗ ਜੀ ਜੀ ਤਾਂ ਸੋ ਵਿਰਿਆਮ ਸਿੰਘ ਸੰਧੂ ਜੀ ਦੀ ਕਹਾਣੀ ਹੈ ਤੇ ਫੇਰ ਮੈਂ ਫਾਈਨਲ ਕਰਕੇ ਤੇ ਫੇਰ ਮੈਂ ਬ੍ਰਿਯਾਮ ਸਿੰਘ ਸੰਧੂ ਸਰ ਨਾਲ ਕੰਟੈਕਟ ਕੀਤਾ ਉਹਨਾਂ ਦਾ ਬੇਟਾ ਸੁਪਰ ਮੇਰਾ ਬਹੁਤ ਅੱਛਾ ਦੋਸਤ ਹੈ ਉਹਦੇ ਰਾਹੀਂ ਮੈਂ ਸੰਧੂ ਸਰ ਤੱਕ ਅਪਰੋਚ ਕੀਤੀ ਤੇ ਮੇਰੀ ਖੁਸ਼ਕਿਸਮਤੀਆਂ ਕਿ ਬ੍ਰਿਯਾਮ ਸਰ ਨੇ ਮੇਰਾ ਪਿਛਲਾ ਕੰਮ ਦੇਖਿਆ ਹੋਇਆ ਸੀ ਸੋ ਉਹਨਾਂ ਨੂੰ ਜਮਰੋਦ ਕਹਾਣੀ ਲਈ ਬਾਲੀਵੁੱਡ ਤੋਂ ਵੀ ਤੇ ਹੋਰ ਵੀ ਪੰਜਾਬੀ ਦੇ ਵੀ ਇੱਕ ਦੋ ਅੱਛੇ ਮੇਕਰਸ ਉਹਨਾਂ ਨੇ ਅਪਰੋਚ ਕੀਤੀ ਹੋਈ ਸੀ ਪਰ ਸ਼ਾਇਦ ਉਹ ਕਹਿੰਦੇ ਕਿ ਉਹ ਮੇਰੀ ਝੋਲੀ ਚਾਣੀ ਸੀ ਤੇ ਸੰਧੂ ਸਾਹਿਬ ਨੇ ਫਿਰ ਉਸ ਵੇਲੇ ਥਾਪੀ ਦਿੱਤੀ ਕਹਿੰਦੇ ਚੱਲ ਪੁੱਤ ਹੋ ਸ਼ੁਰੂ ਕਰਜਮਰੋਦ ਦਾ ਕਿਲਾਫਤ ਹੈ ਸੋ ਇਦਾਂ ਜਮਰੋਦ ਫਾਈਨਲ ਸੀ ਕਰਕੇ ਦਾ ਸ਼ੁਰੂ ਕੀਤਾ ਵਾਹ ਜੀ ਵਾਹ ਤੇ ਇੱਕ ਟ੍ਰੇਲਰ ਸਾਡੇ ਕੋਲੇ ਆਇਆ ਤੁਹਾਡਾ ਉਹ ਅਸੀਂ ਮੇਰੇ ਖਿਆਲ ਵੀ ਟ੍ਰੇਲਰ ਪਹਿਲਾਂ ਦਿਖਾ ਦਈਏ ਦਰਸ਼ਕਾਂ ਨੂੰ ਤੇ ਫਿਰ ਕੋਸ਼ਿਸ਼ ਤਾਂ ਉਹਨਾਂ ਨੂੰ ਟ੍ਰੇਲਰ ਤੋਂ ਸਮਝ ਆ ਜਾਏਗੀ ਗੱਲਬਾਤ ਜੀ ਜੀ ਬਿਲਕੁਲ ਬਾਕੀ ਦੀ ਜਿਹੜੀ ਸਟੋਰੀ ਦੀ ਗੱਲ ਹੈ ਉਹ ਅਸੀਂ ਇਸ ਤੋਂ ਬਾਅਦ ਫਿਰ ਕਰਦੇ ਹਾਂ ਸੋ ਜਿਮੀ ਸਾਹਿਬ ਟ੍ਰੇਲਰ ਦਿਖਾ ਦਿਓ ਫਿਲਮ ਦਾ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੇ ਗੱਲ ਅੱਜ ਚੱਲ ਰਹੀ ਫਿਲਮ ਜਿਹੜੀ ਆ ਰਹੀ ਹੈ ਜਮਰੋਦ ਡਾਇਰੈਕਟਰ ਨਵਤੇਜ ਸੰਧੂ ਸਾਹਿਬ ਸਾਡੇ ਸਟੂਡੀਓ ਚ ਆਏ ਸੀਗੇ ਆਏ ਹੋਏ ਅਤੇ ਉਹਨਾਂ ਨਾਲ ਗੱਲ ਚੱਲ ਰਹੀ ਹੈ ਤੇ ਨਾਲ ਨਾਲ ਅਸੀਂ ਅਗਲੀ ਗੱਲ ਤੋਰਦੇ ਹਾਂ ਫਿਲਮ ਬਾਰੇ ਜਾਣਕਾਰੀ ਐਲ ਐਨ ਐ ਜੀ ਸੰਧੂ ਸਾਹਿਬ ਜਿਵੇਂ ਦਰਸ਼ਕਾਂ ਨੇ ਸਾਡੇ ਨੇ ਟ੍ਰੇਲਰ ਦੇਖਿਆ ਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੇ ਉਹਦੇ ਹਿਸਾਬ ਨਾਲ ਲੱਗਦਾ ਟ੍ਰੇਲਰ ਜਿਵੇਂ ਮੈਂ ਵੀ ਦੇਖਿਆ ਕਿ ਬੜਾ ਜ਼ਬਰਦਸਤ ਜਿਹਾ ਕੰਟੈਂਟ ਹੈ ਤਾਂ ਵੱਖਰਾ ਜਿਹਾ ਕੰਟੈਂਟ ਹੋਊਗਾ ਕੀ ਇਹ ਇਸ ਇਸ ਕਹਾਣੀ ਦੇ ਵਿੱਚ ਕੀ ਖਾਸੀਅਤ ਸੀ ਜਿਹੜੀ ਤੁਸੀਂ ਕਹਿੰਦੇ ਮੈਂ ਬਹੁਤ ਸਾਰੀਆਂ ਕਹਾਣੀਆਂ ਦੇਖੀਆਂ ਪੜੀਆਂ ਪੋੜੀਆਂ ਤੇ ਇੱਥੇ ਆ ਕੇ ਸੂਈ ਅਟਕੀ ਉਹਦਾ ਖਾਸ ਕਰਨ ਲਈ ਸੀ ਉਹਦਾ ਕਾਰਨ ਇਹ ਵੀ ਹੈ ਜੱਗੀ ਪਾਜੀ ਕਿ ਜਿਸ ਤਰੀਕੇ ਦੀ ਕਹਾਣੀ ਮੈਂ ਲੱਭ ਰਿਆ ਸੀ ਮੈਂ ਰਿਹਾ ਜਿੱਦਾਂ ਦੀ ਮੈਂ ਪਹਿਲੀਆਂ ਫਿਲਮਾਂ ਬਣਾਈਆਂ ਨੇ ਮੈਂ ਕੁਝ ਇਮੋਸ਼ਨਸ ਦੇ ਨਾਲ ਮੈਨੂੰ ਲੱਗਦਾ ਕਿ ਮੈਂ ਜ਼ਿਆਦਾ ਆਪਣੇ ਆਪ ਨੂੰ ਫੀਲ ਕਰਦਾ ਕੰਫਰਟੇਬਲ ਤੇ ਜੀ ਔਰ ਇਹ ਕਹਾਣੀ ਜਿੰਨੀ ਕਿ ਇਮੋਸ਼ਨਲ ਹੈ ਔਰ ਇਹ ਉਸ ਦੌਰ ਦੀ ਜਦੋਂ ਅਸੀਂ ਮਤਲਬ ਆਪਣੇ ਟਾਈਮ ਦੇ ਉੱਤੇ ਪੂਰੀ ਹੋਸ਼ ਚ ਅਸੀਂ ਉਹ ਸਮਾ ਉਹ ਦੌਰ ਇਹ ਕਹਾਣੀ 1988 ਤੋਂ 1995 ਤੱਕ ਦੀ ਕਹਾਣੀ ਹੈ ਸੋ ਉਹਨੂੰ ਅਸੀਂ ਅੱਖੀਂ ਵੇਖਿਆ ਉਸ ਨੂੰ ਫੀਲ ਕੀਤਾ ਹੰਡਾਇਆ ਉਸ ਦੌਰ ਨੂੰ ਤੇ ਮੈਨੂੰ ਲੱਗਾ ਸੀ ਕਿ ਮੈਂ ਸ਼ਾਇਦ ਇਸ ਕਹਾਣੀ ਨਾਲ ਇਨਸਾਫ ਕਰ ਪਾਉਂਗਾ ਔਰ ਇਹਦੇ ਵਿੱਚ ਜਿੰਨਾ ਇਮੋਸ਼ਨਸ ਦੀ ਗੱਲ ਕੀਤੀ ਗਈ ਔਰ ਇਹ ਜਿਹੜਾ ਇਹਦਾ ਕੰਟੈਂਟ ਹੈ ਦੇਖੋ ਉਹਦੇ ਵਿੱਚ ਇਹ ਹੈ ਕਿ ਜਿਹੜੀ ਅੱਜ ਦੀ ਓਵਰ ਸੀਜ਼ ਨੂੰ ਅਸੀਂ ਕਹਿੰਦੇ ਆਂ ਵੀ ਐਨ ਆਰ ਆਈਜ਼ ਜਾਂ ਆਪਣੇ ਕੈਨੇਡਾ ਅਮਰੀਕਾ ਯੂਕੇ ਦੇ ਜਿਹੜੇ ਪੈਰੈਂਟਲ ਜਨਰੇਸ਼ਨ ਜਿਹੜੀ ਚੱਲ ਰਹੀ ਆ ਉਹਨਾਂ ਚ ਜ਼ਿਆਦਾ ਉਹ ਨੇ ਜਿਹੜੇ ਉਸ ਪੰਜਾਬ ਦੇ ਜਿਹਨੂੰ ਕਾਲਾ ਦੌਰ ਕਹਿੰਦੇ ਆ ਜਾਂ ਕੁਝ ਵੀ ਉਸ ਵੇਲੇ ਦੇ ਇੱਥੇ ਮਾਈਗ੍ਰੇਟ ਕੀਤੇ ਨੇ ਔਰ ਬਹੁਤੇ ਉਹ ਨੇ ਜਿਹੜੇ ਵਾਪਸ ਨਹੀਂ ਜਾ ਪਏ ਕਿਸ ਤਰ੍ਹਾਂ ਕਿਸੇ ਮਜਬੂਰੀ ਕਰਕੇ ਜੀ 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 ਤਕਰੀਬਨ ਦੌਰ ਸੀਗਾ ਹਾਂਜੀ ਸੋ ਇਹ ਇਹ ਉਹਨਾਂ ਨੂੰ ਕਨੈਕਟਡ ਫੀਲ ਕਰਨਗੇ ਕਹਾਣੀ ਲੱਗੂਗੀ ਕਿ ਸਾਡੇ ਨਾਲ ਵਾਪਰੀ ਐ ਸਾਡੇ ਚ ਹੰਡਾਈ ਐ ਕਿਸੇ ਨਾ ਕਿਸੇ ਪਰਿਵਾਰ ਨਾਲ ਸੋ ਇਹ ਮੈਨੂੰ ਲੱਗਾ ਕਿ ਲੋਕਾਂ ਦੇ ਬਹੁਤ ক্লোਜ਼ ਟੂ ਰਿਐਲਿਟੀ ਐ ਅਸੀਂ ਸ਼ਾਇਦ ਉਹਨਾਂ ਦਾ ਜਿਹੜਾ ਦੁੱਖ ਐ ਜਿਹੜਾ ਦਰਦ ਐ ਅਸੀਂ इमोਸ਼ਨਲੀ ਜੋ ਉਹਨਾਂ ਨੇ ਫੀਲ ਕੀਤਾ ਸ਼ਾਇਦ ਉਸ ਤਰੀਕੇ ਨਾਲ ਅਜੇ ਤੱਕ ਨਹੀਂ ਦਿਖਾਇਆਗਾ ਕਿਸੇ ਕਹਾਣੀ ਚ ਤੇ ਇਹਦੇ ਚ ਬੈਟਰ ਵੇਚ ਅਸੀਂ ਕਰ ਸਕਦੇ ਆ ਇਹ ਕਹਾਣੀ ਤਾਂ ਮੈਂ ਫਾਈਨਲ ਕੀਤੀ ਕਿ ਨਹੀਂ ਇਹ ਜਮਰੋਦ ਹੀ ਆ ਕਹਾਣੀ ਜੋ ਮੈਂ ਕਰਨੀ ਚਾਹੁੰਦਾ ਤੇ ਜਮਰੋਦ ਟਾਈਟਲ ਦਾ ਮਤਲਬ ਖਾਸ ਮਤਲਬ ਕੋਈ ਬਣਦਾ ਹੋਵੇ ਕਾਮ ਦਰਸ਼ਕਾਂ ਨੂੰ ਹੋ ਸਕਦਾ ਬੜੀ ਇੰਟਰਸਟਿੰਗ ਇਹਦੇ ਗੱਲ ਹੈ ਜੀ ਇਹ ਜਿਹੜੀ ਵਿਰਮ ਸਿੰਘ ਸੰਧੂ ਜੀ ਦੀ origignal ਕਹਾਣੀ ਹੈ ਨਾ ਤਕਰੀਬਨ 80 90 ਪੇਜ ਦੀ ਕਹਾਣੀ ਉਹਦਾ ਅਸਲੀ ਨਾਮ ਵੀ ਜਮਰੋਦ ਹੈ ਤੇ ਜਦੋਂ ਸੰਧੂ ਸਰ ਨੇ ਬ੍ਰਿਮ ਸਿੰਘ ਸੰਧੂ ਹਣਾ ਨਾਲ ਮੈਂ ਗੱਲ ਕੀਤੀ ਵੀ ਸਰ ਮੈਨੂੰ ਇਹਦੇ ਰਾਈਟਸ ਦੋ ਮੈਂ ਫਿਚਰ ਫਿਲਮ ਤੇ ਕੰਮ ਕਰਨਾ ਚਾਹੁੰਦਾ ਤੇ ਉਹਨਾਂ ਨੇ ਬਹੁਤ ਖੁੱਲ੍ਹ ਦਿਲ ਨਾਲ ਮੇਰੇ ਨਾਲ ਸਾਰਾ ਕਿਤਾ ਤੇ ਨਾਲ ਮੈਨੂੰ ਉਹਨਾਂ ਨੇ ਇੱਕ ਸ਼ਰਤ ਰੱਖੀ ਕਿ ਬੇਟਾ ਇੱਕੋ ਸ਼ਰਤ ਹੈ ਇਹ ਕਹਾਣੀ ਦਾ ਟਾਈਟਲ ਨਹੀਂ ਚੇਂਜ ਹੋਣਾ ਚਾਹੀਦਾ ਫਿਲਮ ਦਾ ਨਾਮ ਵੀ ਜਮਰੋਦ ਹੀ ਰੱਖੇ ਕਿਉਂਕਿ ਜਿਨ੍ਹਾਂ ਨੇ ਤਾਂ ਕਹਾਣੀ ਪੜ੍ਹੀ ਉਹਨਾਂ ਨੂੰ ਪਤਾ ਕਿ ਇਹ ਜਮਰੋਦ ਦਾ ਜਿਹੜਾ ਕਿਲਾ ਜਮਰੋਦ ਐਕਚੁਅਲੀ ਕਿਲੇ ਦਾ ਨਾਮ ਹੈ ਹਨਾ ਪਰ ਜਿੱਦਾਂ ਪੰਜਾਬੀ ਦੇ ਵਿੱਚ ਆਪਣੇ ਇੱਕ ਈਡੀਅਮ ਬਣਿਆ ਕਿ ਕੋਈ ਇੰਪੋਸੀਬਲ ਕੰਮ ਕਰਨਾ ਪਾਜੇ ਔਖਾ ਕੰਮ ਜੀ ਕਹਿੰਦਾ ਯਾਰ ਆ ਕੰਮ ਕਰਨਾ ਤੇ ਨਾਲ ਜਮਰੌਦ ਦਾ ਕਿਲਾ ਫਤਿਹ ਕਰਨ ਦਾ ਪ੍ਰੋਜੈਕਟ ਇਹਦਾ ਵੀ ਤੁਹਾਡਾ ਇਹਦਾ ਵੀ ਜਿਹੜਾ ਟਾਈਟਲ ਵੀ ਹੈਗਾ ਇਹ ਤੁਸੀਂ ਟੈਗ ਲਾਈਨ ਜਿਹੜੀ ਹੈ ਜੀ ਉਹ ਵੀ ਹੌਸਲੇ ਉਹ ਹੈਗੀ ਹੈ ਜੀ ਜਜ਼ਬਾਤ ਦਾ ਕਿਲਾ ਫਤਿਹ ਕਰਨਾ ਸੌਖਾ ਨਹੀਂ ਸਾਡੀ ਟੈਗ ਲਾਈਨ ਇਹ ਆ ਸੋ ਇਹ ਕਹਾਣੀ ਚ ਜੋ ਟਵਿਸਟ ਐਂਡ ਟਰਨਸ ਨੇ ਇਹ ਇਮੋਸ਼ਨਸ ਦੀ ਕਹਾਣੀ ਹੈ ਇੱਕ ਬਾਪ ਔਰ ਬੇਟੇ ਦੀ ਕਹਾਣੀ ਹੈ ਉਹ ਬਾਪ ਨੂੰ ਕਿੱਦਾਂ ਉਸ ਔਖੇ ਦੌਰ ਚੋਂ ਜਾਂ ਉਹਨਾਂ ਦੀ ਫੈਮਿਲੀ ਤੇ ਜੋ ਵੀ ਪ੍ਰੋਬਲਮਸ ਆਉਂਦੀਆਂ ਨੇ ਜਾਂ ਕਿੱਦਾਂ ਉਹਦੇ ਚੋਂ ਨਿਕਲਦਾ ਯਾ ਨਿਕਲ ਪਾਇਆ ਕਿ ਨਹੀਂ ਨਿਕਲ ਪਾਇਆ ਤਾਂ ਫਿਲਮ ਵੇਖ ਕੇ ਤੁਸੀਂ ਦੇਖੋਗੇ ਬਟ ਉਹਦੇ ਲਈ ਉਹ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਪਰਿਵਾਰ ਨੂੰ ਚੁੱਕਣਾ ਬਚਾਣਾ ਇੱਕ ਜਮਰੋਦ ਦਾ ਕਿਲਾ ਫੋਦੇ ਕਰਨ ਦੇ ਬਰਾਬਰ ਸੀਗਾ ਇਸ ਕਹਾਣੀ ਦੇ ਮੁਤਾਬਕ ਸੋ ਇਹ ਟਾਈਟਲ ਜਿਹੜਾ ਜਮਰੋਦ ਯਾਨੀ ਕਿ ਸਿੰਬਲ ਆਫ ਸਟਰੈਂਥ ਜਮਰੋਦ ਆਪਣੀ ਮਜ਼ਬੂਤੀ ਲਈ ਉਹ ਕਿਲਾ ਬਹੁਤ ਮਸ਼ਹੂਰ ਹੈ ਸੋ ਇਮੋਸ਼ਨਲੀ ਕਿੰਨਾਕ ਸਟਰੋਂਗ ਸੀ ਉਹ ਕੈਰੈਕਟਰ ਜਿਹੜਾ ਇਹਦੇ ਵਿੱਚ ਮੇਨ ਪਾਤਰ ਫਾਦਰ ਦਾ ਸਰਦਾਰ ਸੋਹੀ ਜੀ ਨੇ ਕਿਹਾ ਵੀ ਉਹਦੇ ਲਈ ਇਹ ਉਹ ਹਾਲਾਤਾਂ ਨੂੰ ਸਰ ਕਰਨਾ ਤੋਂ ਨਿਕਲਣਾ ਜਮਰੋਦ ਦਾ ਕਿਲਾ ਫਤਿਹ ਕਰਨ ਦੇ ਬਰਾਬਰ ਹੈ ਤਾਂ ਇਹ ਕਹਾਣੀ ਦਾ ਨਾਮ ਜਮਰੋਦ ਰੱਖਿਆ ਗਿਆ ਹਾਂਜੀ ਤੇ ਤੇ ਜਿਵੇਂ ਤੁਸੀਂ ਸਰਦਾਰ ਸੋਹੀ ਸਾਹਿਬ ਬਾਰੇ ਦੱਸਿਆ ਬਹੁਤ ਵਧੀਆ ਆਰਟਿਸਟ ਨੇ ਬਹੁਤ ਵਧੀਆ ਹਿਊਮਨ ਸਾਰੇ ਬੜੇ ਵਧੀਆ ਨੇ ਤੇ ਨਾਲ ਲੱਗਦੇ ਹੋਰ ਜਿਹੜੇ ਆਰਟਿਸਟ ਹੈਗੇ ਨੇ 스타 ਕਾਸਟ ਫਿਲਮ ਦੀ ਸਾਂਝੀ ਕਰ ਲੋ ਤੇ ਉਦੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਫਿਲਮ ਦੇ ਸੰਗੀਤ ਦੀ ਆ ਜਾਂਦੀ ਹੈ ਜੀ ਪ੍ਰੋਡਿਊਸਰ ਦੀ ਆ ਜਾਂਦੀ ਹੈ ਇਹ ਸਾਰੀ ਜਾਣਕਾਰੀ ਸਾਂਝੀ ਕਰ ਲੋ ਸਾਡੇ ਦਾ ਸ਼ੁਕਰੀਆ ਹਾਂਜੀ ਸ਼ੋਰ ਜੀ ਅ ਇਹ ਇਸ ਕਹਾਣੀ ਦੇ ਵਿੱਚ ਫਿਲਮ ਦੇ ਵਿੱਚ ਜਿਸ ਤਰ੍ਹਾਂ ਆਪਾਂ ਨਾਰਮਲੀ ਜਿਸ ਤਰ੍ਹਾਂ ਦਾ ਆਪਣਾ ਕਮਰਸ਼ੀਅਲ ਸਿਨੇਮਾ ਚੱਲਦਾ ਹੈ ਹਨਾ ਸਾਡੀ ਕਹਾਣੀ ਦੀ ਡਿਮਾਂਡ ਇਹ ਸੀ ਕਿ ਇਹਦੇ ਵਿੱਚ ਐਕਟਰ ਚਾਹੀਦੇ ਸੀ ਮੈਨੂੰ ਸਾਡੇ ਪ੍ਰੋਡਿਊਸਰ ਬੌਬੀ ਸੱਜ ਦੇਵਾ ਜੀ ਉਹਨਾਂ ਵੱਲੋਂ ਸਾਨੂੰ ਕੋਈ ਬੰਦਸ਼ ਨਹੀਂ ਸੀ ਅਸੀਂ ਚਾਹਦੇ ਤਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਕਮਰਸ਼ੀਅਲ ਐਂਗਲ ਤੋਂ ਜਿਹੜੇ ਅੱਜ ਚੱਲ ਰਹੇ ਨੇ ਐਕਟਰਸ ਸਿੰਗਰ ਐਕਟਰਸ ਅਸੀਂ ਉਹ ਵੀ ਲੈ ਸਕਦੇ ਸੀ ਪਰ ਸਾਨੂੰ ਕਿਤੇ ਨਾ ਕਿਤੇ ਲੱਗਾ ਕਿ ਥੀਏਟਰ ਬੈਕਗ੍ਰਾਉਂਡ ਵਾਲੇ ਵਿਦ ਡਿਊ ਰਿਸਪੈਕਟ ਟੂ ਆਲ ਮਤਲਬ ਸਾਰੇ ਇਸ ਵੇਲੇ ਜੋ ਚੱਲ ਕਰ ਰਹੇ ਨੇ ਕੰਮ ਬਹੁਤ ਸੋਨਾ ਕਰ ਰਹੇ ਹੈ ਪਰ ਮੇਰਾ ਮੰਨਣਾ ਸੀ ਕਿ ਮੈਂ ਥੀਏਟਰ ਬੈਕਗ੍ਰਾਉਂਡ ਵਾਲੇ ਐਕਟਰਸ ਨਾਲ ਹੀ ਇਹ ਕੰਮ ਕਰ ਸਕਦਾ ਕਿਉਂਕਿ ਸਬਜੈਕਟ ਕੁਝ ਇਦਾਂ ਦਾ ਸੋ ਤੁਸੀਂ ਮੇਰੀ ਟੀਮ ਦੇਖੋ ਆਰਟਿਸਟਾਂ ਦੀ ਸਾਰੇ ਥੀਏਟਰ ਬੈਕਗ੍ਰਾਉਂਡ ਦੇ ਆ ਸਰਦਾਰ ਸੋਹੀ ਜੀ ਆਸ਼ੀਸ਼ ਦੁੱਗਲ ਜੀ ਕੁਲਜਿੰਦਰ ਸਿੱਧੂ ਜੀ ਔਰ ਅਸ਼ੋਕ ਟਾਂਗਰੀ ਜੀ ਫੇਰ ਸਾਡੇ ਆ ਜਾਂਦੇ ਜੀ ਫੀਮੇਲ ਦੇ ਵਿੱਚ ਕੁਲ ਸਿੱਧੂ ਜਿਨ੍ਹਾਂ ਨੂੰ ਅਸੀਂ ਪੰਜਾਬੀ ਸਿਨੇਮਾ ਦੀ ਸੁਮੇਤਾ ਪਾਟਲ ਵੀ ਕਹਿੰਦੇ ਆ ਹਰਵਿੰਦਰ ਕੌਰ ਬਬਲੀ ਮੈਮ ਐਨਐਸਡੀ ਪਾਸ ਆਊਟ ਔਰ ਨੈਸ਼ਨਲ ਅਵਾਰਡ ਵਿਨਿੰਗ ਆਰਟਿਸਟ ਨੇ ਜੋਤ ਗਰੇਵਾਲ ਹਨਾ ਜੋਤ ਜੋਤ ਅਰੋੜਾ ਮਨਪ੍ਰੀ ਬਹੁਤ ਨੇ ਜਿਨ੍ਹਾਂ ਦਾ ਨਾਮ ਸ਼ਾਇਦ ਮੈਂ ਅਜੇ ਨਹੀਂ ਵੀ ਲੈ ਸਕਦਾ ਕਿਉਂਕਿ ਲਿਸਟ ਬਹੁਤ ਲੰਬੀ ਹੈ। ਸੋ ਇਹ ਸਾਰੇ ਥੀਏਟਰ ਬੈਕਗ੍ਰਾਉਂਡ ਦੇ ਆ। ਇਹ ਸਾਡੀ ਸਟਾਰ ਕਾਸਟ ਔਰ ਉਹਨਾਂ ਨੇ ਪੂਰਾ ਜਸਟਿਸ ਕੀਤਾ ਤੁਸੀਂ ਟ੍ਰੇਲਰ ਚ ਦੇਖਿਆ ਹੀ ਹੋਵੇਗਾ। ਹਰ ਪਾਤਰ ਤੁਹਾਨੂੰ ਲੱਗੂਗਾ ਕਿ ਇਹ ਆਪਣਾ ਔਰ ਜਤਿੰਦਰ ਕੌਰ ਜੀ ਸਾਡੇ ਇੰਨੇ ਵੱਡੇ ਥੀਏਟਰ ਸੀਨੀਅਰ ਆਰਟਿਸਟ ਨੇ। ਉਹਨਾਂ ਨੇ ਗੁਰਿੰਦਰ ਮਕਣਾ ਬਹੁਤ ਵਧੀਆ ਕੰਮ ਕੀਤਾ ਜੀ ਸਾਰੇ ਐਕਟਰਸ ਬਹੁਤ ਅੱਛੇ ਸਾਡੇ ਇਹ ਚ। ਜੀ ਤੇ ਸੰਗੀਤ ਦੀ ਗੱਲ ਕਰੀਏ ਤੇ ਪ੍ਰੋਡਿਊਸਰ ਜੀ। ਹਾਂ ਜੀ ਮੈਂ ਤੇ ਜੱਗੀ ਬਾਜੀ ਬਹੁਤ ਇੱਕ ਕਰਨਾ ਚਾਹੂੰਗਾ ਗੱਲ ਸੰਗੀਤ ਜਿਸਨੂੰ ਆਪਾਂ ਜਾਣਦੇ ਆ ਮਿਊਜ਼ਿਕ ਬੈਕਗਰਾਉਂਡ ਬੈਕਬੋਨ ਹੁੰਦਾ ਹਰ ਫਿਲਮ ਦੀ ਭਾਵੇਂ ਬਾਲੀਵੁੱਡ ਹੈ ਪੰਜਾਬੀ ਮਿਊਜ਼ਿਕ ਦਾ ਵੈਸੇ ਹੀ ਬੈਕਬੋਨ ਹੁੰਦਾ ਸੋ ਸਾਡਾ ਜਿੱਦਾਂ ਦਾ ਕੰਟੈਂਟ ਹੈ ਇਸ ਫਿਲਮ ਦਾ ਤੇ ਮਿਊਜ਼ਿਕ ਦੇ ਉੱਤੇ ਮੈਂ ਬਹੁਤ ਧਿਆਨ ਦਿੱਤਾ ਖਾਸ ਕਰਕੇ ਅਗੇ ਨੇ ਇਹਦੇ ਚ ਇੱਕ ਹੋਰ ਚੀਜ਼ ਆ ਗਈ ਮੇਰੀ ਇਹ ਮੰਨਣਾ ਸੀ ਕਿ ਇਸ ਕਹਾਣੀ ਨਾਲ ਪੂਰਾ ਇਨਸਾਫ ਤਾਂ ਹੋਏਗਾ ਜੇ ਮੈਂ ਮੇਰੀ ਇਹ ਫੀਲ ਸੀ ਕਿ ਮੈਂ ਆਰਟਿਸਟ ਸਿੰਗਰ ਜਿਨ੍ਹਾਂ ਕੋਲੋਂ ਗਵਾਣਾ ਉਹ ਵੀ ਟਰਾਈ ਕਰੀ ਕਿ ਉਸ ਟਾਈਮ ਦੇ ਜਿਹੜੇ ਵੱਡੇ ਸਟਾਰਸ ਸੀਗੇ ਜਾਂ ਸਾਡੇ ਬਾਬੇ ਨੇ ਜਿਹੜੇ ਉਹਨਾਂ ਕੋਲ ਗਵਾਈਏ ਤਾਂ ਕਿ ਜਦੋਂ ਲੋਕ ਉਹ ਦਰਸ਼ਕ ਉਹ ਫਿਲਮ ਦੇਖਣ ਤਾਂ ਵਾਕਈ ਆਪਣੇ ਆਪ ਨੂੰ 1988 ਤੋਂ 95 ਤੱਕ ਜੁੜਿਆ ਮਹਿਸੂਸ ਕਰਨ ਜੀ ਸੋ ਇਹਦੇ ਵਿੱਚ ਸਾਡੀ ਖੁਸ਼ਕਿਸਮਤੀ ਵੀ ਹੈ ਪਰ ਇੱਕ ਅਫਸੋਸ ਦੀ ਗੱਲ ਵੀ ਹੈ ਵੀ ਸਰਦੂਲ ਸਿਕੰਦਰ ਜੀ ਸਵਰਗੀ ਸਰਦੂਲ ਸਿਕੰਦਰ ਜੀ ਉਹਨਾਂ ਦਾ ਸ਼ਾਇਦ ਅਖੀਰਲਾ ਗੀਤ ਸੀ ਉਹ ਸਾਡੀ ਇਸ ਫਿਲਮ ਦੇ ਵਿੱਚ ਉਹਨਾਂ ਨੇ ਗਾਇਆ ਔਰ ਉਹ ਗੀਤ ਜਦੋਂ ਤੁਸੀਂ ਦੇਖੋਗੇ ਟ੍ਰੇਲਰ ਚ ਤੁਸੀਂ ਉਹਦੀਆਂ ਲਾਈਨਾਂ ਸੁਣੀਆਂ ਸੀ ਤੇਰੇ ਵੇ ਵਿਛੋੜੇ ਵਿੱਚ ਪੀੜ ਬੜੀ ਹੋ ਗਈ ਬਹੁਤ ਹੀ इमोशनल गाना ਔਰ ਉਹ ਗੀਤ ਅਮਰ ਕਰ ਗਏ ਨੇ ਜਿਸ ਤਰੀਕੇ ਨਾਲ ਸਰਦੂਲ ਸਿਕੰਦਰ ਸਰ ਗਾ ਕੇ ਸਾਡੀ ਝੋਲੀ ਪਾ ਗਏ ਨੇ ਔਰ ਉਸ ਤੋਂ ਬਾਅਦ ਲਾਚੀ 바ਵਾ ਸਵਰਗੀ ਗੁਰਮੀਤ ਬਾਵਾ ਜੀ ਦੀ ਬੇਟੀ ਜੋ ਕਿ ਪਿਛਲੇ ਸਾਲ ਉਹ ਵੀ ਸਾਡੇ ਕੋਲ ਵਿਛੜ ਗਈ ਕੈਨਸਲ ਕਰਕੇ ਹਾਂਜੀ ਉਹਨੇ ਵੀ ਇੱਕ ਗੀਤ ਐਸਾ ਗਾ ਦਿੱਤਾ ਫਿਲਮ ਚ ਸ਼ਾਇਦ ਇਹ ਕੋਈ ਕਹਿੰਦੇ ਨੇ ਕਿ ਕਹਾਣੀ ਉਹ ਇੱਕ ਉਹ ਜੁੜਨੀਆਂ ਸੀ ਸਾਰੇ ਹਨਾ ਉਹ ਸਾਰੇ ਜੁੜ ਗਏ ਇੱਕ ਰਾਈਟ ਟਾਈਮ ਤੇ ਟੀਮ ਬਣ ਗਈ ਔਰ ਲਾਚੀ ਬਾਵਾ ਵੀ ਉਹਨੇ ਭੈਣ ਭਰਾ ਦੇ ਰਿਲੇਸ਼ਨ ਦੇ ਉੱਤੇ ਗਾਤ ਗੀਣਾ ਗਾਣਾ ਬਹੁਤ ਸੋਨਾ ਗਾਇਆ ਉਹ ਵੀ ਤੁਸੀਂ ਟ੍ਰੇਲਰ ਚ ਦੇਖਿਆ ਵੀਰਾ ਵੇ ਵੀਰਾ ਤੇਰਾ ਸਤ ਰੰਗਾ ਚੀਰਾ ਬਾਈ ਅਮਰਦੀਪ ਸਿੰਘ ਗਿੱਲ ਉਹਨਾਂ ਦਾ ਲਿਖਿਆ ਸੋ ਕਹਿਣ ਦਾ ਮਤਲਬ ਹੈ ਕਿ ਅਸੀਂ 뮤직 ਤੇ ਬਹੁਤ ਜ਼ੋਰ ਦਿੱਤਾ ਹੈ ਔਰ ਇਸ ਤੋਂ ਇਲਾਵਾ ਰਿਚਾ ਸ਼ਰਮਾ ਜੀ ਬਾਲੀਵੁੱਡ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਨੇ ਬਹੁਤ ਸੋਹਣਾ ਗਾਇਆ ਮੰਨਤ ਨੂਰ 뮤직 ਡਾਇਰੈਕਟਰ ਗੁਰਮੀਤ ਸਿੰਘ ਅਨੂ ਚਤੁਰਵੇਦੀ ਮੀਨੂ ਚਤੁਰਵੇਦੀ ਮੀਰੀਕਾ ਸਿੰਘ ਇਹ ਨਵੀਆਂ ਆਵਾਜ਼ਾਂ ਜਿਹੜੀਆਂ ਅਸੀਂ ਇੰਟਰੋਡਿਊਸ ਕੀਤੀਆਂ ਪਰ ਮਜ਼ਾ ਆਊਗਾ ਤੁਹਾਨੂੰ ਸੁਣ ਕੇ ਔਰ 뮤직 ਜਿਹੜਾ ਇਹਦਾ ਫਿਲਮ ਦਾ ਗੁਰਮੀਤ ਸਿੰਘ ਉਹਨਾਂ ਨੇ ਦਿੱਤਾ ਹੈ ਔਰ ਅਨੂ ਚਤੁਰਵੇਦੀ ਨੇ ਦਿੱਤਾ ਹੈ ਗੀਤਕਾਰ ਜਿਹੜੇ ਆ ਬਾਬੂ ਸਿੰਘ ਮਾਨ ਅਮਰਦੀਪ ਸਿੰਘ ਗਿੱਲ ਔਰ ਇੱਕ ਨਵਾਂ ਲੜਕਾ ਰਾਜਸੰਦੂ ਬਹੁਤ ਖੂਬਸੂਰਤ ਟੀਮ ਬਣੀ ਸਾਡੇ ਕੋਲ ਮਲਾਕੇ ਜੀ ਇੱਕ ਬਹੁਤ ਵਧੀਆ ਅਸੀਂ ਚਾਹੇ ਬੇਸ਼ੱਕ ਇਹਨੂੰ ਇਤਿਹਾਸਕ ਵੀ ਕਹਿ ਸਕਦੇ ਆ ਕਿਉਂਕਿ ਉਹ ਸਮਾਂ ਤਾਂ ਸਾਡੇ ਸਿੱਖ ਕੌਮ ਦਾ ਬਹੁਤ ਇਤਿਹਾਸਕ ਸੀ ਲੱਗ ਰਿਹਾ ਜੀ ਤੇ ਦੂਜਾ ਇੱਕ ਵਧੀਆ ਗੁਰਦਸਤਾ ਤੁਸੀਂ ਲੈ ਕੇ ਆ ਰਹੇ ਹੋ ਸਾਡੇ ਦਰਸ਼ਕਾਂ ਵਾਸਤੇ ਬੜੀ ਚੰਗੀ ਗੱਲ ਹੈ ਬਹੁਤ-ਬਹੁਤ ਸ਼ੁਭਕਾਮਨਾਵਾਂ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਵੱਲੋਂ ਤੁਹਾਨੂੰ ਤੇ ਰਿਲੀਜ਼ ਹੋਏ ਵਰਲਡਵਾਈਡ ਹੋਰੀ ਫਿਲਮ ਜਾਂ ਕੋਈ ਖਾਸ ਏਰੀਏ ਨੇ ਉਹਨਾਂ ਵਿੱਚ ਪਹਿਲਾਂ ਰਿਲੀਜ਼ ਇਹ ਫਿਲਮ ਵਰਲਡਵਾਈਡ ਰਿਲੀਜ਼ ਹੋਏਗੀ 10 ਦਸੰਬਰ ਨੂੰ ਪਰ ਅਸੀਂ ਥੀਏਟਰਸ ਦੇ ਵਿੱਚ ਨਹੀਂ ਕਰ ਰਹੇ ਨੂੰ ਅਸੀਂ ਡਿਜੀਟਲ ਕਰ ਰਹੇ ਹਾਂ ਡਾਇਰੈਕਟ OTT ਚੋਪਾਲ ਚੋਪਾਲ ਦਾ ਐਪ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਉਹਦੇ ਉੱਤੇ ਤੁਸੀਂ ਹੋਰ ਵੀ ਕੰਟੈਂਟ ਹੈ ਤੇ ਸਾਡੀ ਜਮਰੋਦ ਵੀ ਇੰਜੋਏ ਕਰ ਸਕਦੇ ਹੋ ਜੋ ਕਿ 10 ਦਸੰਬਰ ਨੂੰ ਇੰਡੀਅਨ ਟਾਈਮ ਦੇ ਹਿਸਾਬ ਨਾਲ ਸ਼ਾਮੀ 6 ਵਜੇ ਲਾਈਵ ਹੋ ਜਾਏਗੀ ਟੈਲੀਕਾਸਟ ਹੋ ਜਾਏਗੀ ਔਰ ਇਹਦਾ ਵਰਲਡ ਪ੍ਰੀਮੀਅਰ ਵੀ ਹੋਣ ਜਾ ਰਿਹਾ 10 ਦਸੰਬਰ ਚੋਪਾਲ ਦੇ ਉੱਤੇ ਚੋਪਾਲ ਦਾ ਤੁਸੀਂ ਜ਼ਿਕਰ ਕੀਤਾ ਇਹਦਾ ਥੋੜੀ ਜਿਹੀ ਹੋਰ ਡਿਟੇਲ ਦੱਸ ਦੱਸ ਦਿਓ ਕਿਵੇਂ ਦਰਸ਼ਕ ਜੁੜ ਸਕਦੇ ਨੇ ਨਾਲ ਆਮ ਤੌਰ ਤੇ ਕਈ ਵਾਰੀ ਜਿਹੜੇ ਸਾਡੇ ਖਾਸ ਤੌਰ ਤੇ ਉਦੋਂ ਦੇ ਲੋਕ ਜਿਹੜੇ ਆਏ ਨੇ ਉਹ ਤਾਂ ਜ਼ਰੂਰ ਡਾਊਨਲੋਡ ਨਾ ਚਾਹਣਗੇ ਫਿਲਮਾਂ ਨੂੰ ਉਹਦਾ ਨਹੀਂ ਪਤਾ ਹੁੰਦਾ ਐਪ ਆ ਜਾਂ ਹੋਰ ਕੁਝ ਵੀ ਇਹਦਾ ਕੋਈ ਚਪਾਲ ਹੈਗੀ ਆ ਜਾਂ ਟੀਵੀ ਤੇ ਵੀ ਸਾਨੂੰ ਜਿਹੜੀ ਡਿਜੀਟਲ ਟੀਵੀ ਹੈਗੇ ਨੇ ਜੀ 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 ਉਹਨਾਂ ਸਾਰੇ ਇਹ ਐਪ ਹੈਗੀ ਵਾਲੇ ਨਵੀਆਂ ਹਾਂਜੀ ਡਿਜੀਟਲ ਟੀਵੀ ਦੇ ਉੱਤੇ ਵੀ ਅਵੇਲੇਬਲ ਹੈ ਜੀ ਇਹ ਐਪ ਹੈ ਚੋਪਾਲ ਤੁਸੀਂ ਪਲੇ ਸਟੋਰ ਤੋਂ ਵੀ ਡਾਊਨਲੋਡ ਕਰ ਸਕਦੇ ਹੋ ਐਪਲ ਦੇ ਜਿਹੜਾ ਹੁੰਦਾ ਉਹਦੇ ਤੋਂ ਵੀ ਕਰ ਸਕਦੇ ਹੋ ਟੀਵੀ ਡਿਸ਼ ਦੇ ਉੱਤੇ ਵੀ ਇਹਦਾ ਹੋਏਗਾ ਜ਼ਰੂਰ ਔਰ ਇਹਨੂੰ ਤੁਸੀਂ ਡਾਊਨਲੋਡ ਕਰਕੇ ਸਬਸਕ੍ਰਾਈਬ ਕਰਨਾ ਜਿਸ ਤਰ੍ਹਾਂ ਬਾਕੀ ਦੇ ਤੁਸੀਂ OTT ਚੈਨਲਸ ਕਰਦੇ ਹੋ ਔਰ ਇਹਦੇ ਉੱਤੇ ਬਹੁਤ ਬਹੁਤ ਅੱਛਾ ਰੀਜਨਲ ਕੰਟੈਂਟ ਇਹ ਇਹਦੀ ਖਾਸੀਅਤ ਚੋਪਾਲ ਦੀ ਕਿ ਰੀਜਨਲ ਫਿਲਮਾਂ ਸਿਰਫ ਲੈਂਦੇ ਆ ਸੋ ਇਹਨਾਂ ਨੇ ਚੋਪਾਲ ਸਰ ਦੇ ਉੱਤੇ ਸਾਡੀ ਜਮਰੋਦ ਲਈ ਔਰ ਤੁਹਾਨੂੰ ਸਾਰੇ ਨੂੰ ਅਪੀਲ ਹੈ ਕਿ ਜਿੱਦਾਂ ਦਾ ਸਿਨੇਮਾ ਤੁਸੀਂ ਮੰਗਦੇ ਹੋ ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਪੜ੍ਹਦੇ ਆ ਆਪਾਂ ਕਈ ਵਰੀ ਕਿਸੇ ਨਾ ਕਿਸੇ ਫਿਲਮ ਬਾਰੇ ਕਹਿੰਨੇ ਆ ਜਾਂ ਕਹਿੰਨੇ ਯਾਰ ਇਦਾਂ ਦੀ ਫਿਲਮਾਂ ਨਹੀਂ ਆ ਰਹੀਆਂ ਇਦਾਂ ਦਾ ਕੰਟੈਂਟ ਕੁਝ ਆਵੇ ਸੋ ਇਹ ਜਿੱਦਾਂ ਦਾ ਤੁਸੀਂ ਮੰਗ ਰਹੇ ਜਮਰੋਦ ਉਦਾਂ ਦੀ ਫਿਲ ਵਾਜੀ ਬਤੇ ਅਖੀਰ ਦੇ ਵਿੱਚ ਆਪਣੇ ਮੈਂ ਜਾਨਣਾ ਚਾਹੁੰਗਾ ਸਾਡੇ ਦਰਸ਼ਕਾਂ ਲਈ ਜਮਰੋਦ ਆ ਗਈ ਸਮਝੋ ਜੀ ਠੀਕ ਹੈ ਜੀ ਚਲੋ ਪ੍ਰਮਾਤਮਾ ਕਰੇ ਦਰਸ਼ਕ ਪਸੰਦ ਵੀ ਕਰਨਗੇ ਇਹਦੂ ਅਗਲੇ ਕੋਈ ਪ੍ਰੋਜੈਕਟ ਤੁਹਾਡੇ ਹੋਣ ਪਾਈਪਲਾਈਨ ਦੇ ਵਿੱਚ ਜਾਂ ਸਾਂਝੇ ਕਰਨੇ ਚਾਹੁੰਦੇ ਸਾਡੇ ਦਰਸ਼ਕਾਂ ਹਾਂਜੀ ਪਾਈਪਲਾਈਨ ਦੇ ਵਿੱਚ ਹੁੰਦੇ ਆ ਜੀ ਜ਼ਰੂਰ ਮੇਰੇ ਵੀ ਹੈਗੇ ਨੇ ਕਿਉਂਕਿ ਡੂਰਿੰਗ ਜਮਰੋਦ ਵੀ ਮੈਨੂੰ ਆਫਰਸ ਆ ਰਹੇ ਸੀ ਪਰ ਮੈਂ ਥੋੜਾ ਹੋਲਡ ਤੇ ਰੱਖਿਆ ਸੀ ਵੀ ਮੈਨੂੰ ਸੀ ਪਹਿਲੇ ਇੱਕ ਵਾਰੀ ਜਮਰੋਦ ਲੋਕਾਂ ਤੱਕ ਪਹੁੰਚਾ ਲਈਏ ਕਿਉਂਕਿ ਬੀਇੰਗ ਅ ਫਰਸਟ ਪ੍ਰੋਜੈਕਟ ਮੈਨੂੰ ਜ਼ਿਆਦਾ ਸੀ ਕਿ ਇਹਨੂੰ ਅੱਛੇ ਤਰੀਕੇ ਨਾਲ ਰਿਲੀਜ਼ਿੰਗ ਮਿਲ ਜਾਏ ਸੋ ਹੁਣ ਕਰ ਰਹੇ ਹਾਂ ਜੀ ਮੈਂ ਬਹੁਤ ਜਲਦੀ ਕੈਨੇਡਾ ਦੇ ਵਿੱਚ ਇੱਕ ਫਿਚਰ ਫਿਲਮ ਸ਼ੁਰੂ ਕਰਨ ਜਾ ਰਿਹਾ ਸੋ ਕੰਟੈਂਟ ਵੀ ਸਾਡਾ ਤਿਆਰ ਹੈ ਇੱਕ ਦੋ ਸ਼ਾਰਟ ਮੂਵੀਜ਼ ਦਾ ਵੀ ਹੈਗੀ ਹੈ ਪਾਈਪਲਾਈਨ ਚ ਸੋ ਸਟੈਪ ਬਾਈ ਸਟੈਪ ਆਰਾਮ ਨਾਲ ਤੁਰਦੇ ਜਾਵਾਂਗੇ ਜੀ ਮੈਨੂੰ ਕਾਲ ਕਰਨ ਦੀ ਕੋਈ ਨਹੀਂ ਔਰ ਮੇਰਾ ਜਿਸ ਤਰ੍ਹਾਂ ਦਾ ਫਿਲਮਾਂ ਦਾ ਰਿਕਾਰਡ ਹੈ ਮੈਂ ਭੀੜ ਦਾ ਹਿੱਸਾ ਬੰਨਾ ਅਵੋਇਡ ਕੀਤਾ ਮੈਂ ਕਦੀ ਉਦਾਂ ਦੇ ਕੰਟੈਂਟ ਨਹੀਂ ਕੀਤੇ ਅੱਜ ਤੱਕ ਭੀੜ ਤੋਂ ਅਲੱਗ ਹਟ ਕੇ ਡਿਫਰੈਂਟ ਸਿਨੇਮਾ ਦਿੱਤਾ ਸਵਾਲ ਇੱਕ ਹੋਰ ਵੈਸੇ ਪ੍ਰੋਗਰਾਮ ਮੈਂ ਕਹਿੰਦਾ ਸੀ ਵੀ ਆ ਸਮਾਪਤ ਕਰਨ ਦੇ ਪਰ ਸਵਾਲ ਇੱਕ ਹੋਰ ਹੈ ਕਿ ਫਿਲਮਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਫਿਲਮਾਂ ਅਗਰ ਅਸੀਂ ਪੁਰਾਣੇ ਵਿਰਿੰਦਰ ਦੇ ਸਮੇਂ ਤੋਂ ਗੱਲ ਕਰੀਏ ਫਿਲਮਾਂ ਦਾ ਰੰਗ ਰੂਪ ਸਮੇਂ-ਸਮੇਂ ਤੇ ਚੇਂਜ ਹੁੰਦਾ ਹੈ ਬਦਲਦਾ ਹੈ ਹਾਂਜੀ ਤੇ ਹੁਣ ਪਿੱਛੇ ਜੇ ਇੱਕ ਦੌਰ ਆਇਆ ਸੀ ਫਿਲਮ ਲੋਕ ਉਹ ਨਹੀਂ ਫਿਲਮ ਸਮਝਦੇ ਵੀ ਜਿਹਦੇ ਚ ਕੋਈ ਸਿਰ ਪੈਰ ਬੇਸ਼ੱਕ ਨਾ ਹੋਵੇ ਜੀ ਤੇ ਸਿਰਫ ਹਾਸਾ ਠੱਠਾ ਹੋਵੇ ਚਾਹੇ ਟੁਟਕਲੇ ਇਧਰ ਉਧਰ ਜੋੜ ਕੇ ਹੋਣ ਤੇ ਉਹ ਲੋਕਾਂ ਨੇ ਫਿਲਮਾਂ ਉਹ ਵੀ ਪਸੰਦ ਕੀਤੀਆਂ ਤੇ ਫਿਰ ਹੁਣ ਇੱਕ ਵਾਰ ਫਿਰ ਦੌਰ ਆਇਆ ਕਨਸੈਪਟ ਫਿਲਮਾਂ ਦਾ ਜੀ 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 ਕੰਟੈਂਟ ਦਾ ਬਿਲਕੁਲ ਕੰਟੈਂਟ ਤੇ ਅੱਜ ਦੇ ਦੌਰ ਨੂੰ ਕਿਸ ਨਜ਼ਰ ਨਾਲ ਦੇਖਦੇ ਹਾਂ ਉਹ ਕਹਿੰਦੇ ਪੰਜਾਬੀ ਫਿਲਮਾਂ ਦਾ ਵੈਸੇ ਕਹਿੰਦੇ ਜੀ ਸਨੈਰੀ ਦੌਰ ਚੱਲ ਰਿਹਾ ਉਹ ਵਾਕਈ ਸਨੈਰੀ ਚੱਲ ਰਿਹਾ ਜਾਂ ਸਿਰਫ ਸੋਸ਼ਲ ਮੀਡੀਆ ਤੇ ਸਨੈਰੀ ਮਿਲਦਾ ਕਿਉਂਕਿ ਸਾਡੇ ਕੋਈ ਫਿਲਮ ਆਉਂਦੀ ਹੈ ਉਹ ਪਹਿਲੇ ਦਿਨ ਜੀ ਇਹ 5 ਕਰੋੜ ਕਮਾ ਲਈ 6 ਕਰੋੜ ਕਮਾ ਲਈ ਉਹ ਪ੍ਰੋਡੂਸਰ ਨੂੰ ਪੁੱਛੋ ਤੋ ਕਿਹਦੇ ਭਰਾਵਾ 14 ਕਰੋੜ ਲੱਗਾ ਕੱਖ ਨਹੀਂ ਬੱਲੇ ਪਿਆ ਇਹ ਕੀ ਕਹਿਣਾ ਚਾਹਲੇ ਇਹਦੇ ਬਾਰੇ ਦੇਖੋ ਇਹ ਬੜਾ ਕੋੜਾ ਸੱਚ ਹੈ ਜਿਹੜਾ ਕਿ ਆਮ ਦਰਸ਼ਕਾਂ ਨੂੰ ਇੱਕ ਫੇਕ ਦਿਖਾਇਆ ਜਾਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਮੈਂ ਮੈਨੂੰ ਇਹ ਚ ਦੱਸਣ ਚ ਕੋਈ ਇਹ ਚ ਗੁਰੇਜ਼ ਨਹੀਂ ਹੈ ਸ਼ਾਇਦ ਬੁਰਾ ਵੀ ਲੱਗੂਗਾ ਕਈਆਂ ਨੂੰ ਪਰ ਕੀ ਕਰੀਏ ਸਾਡੇ ਕੋਲ ਰਿਆ ਨਹੀਂ ਜਾਂਦਾ ਝੂਠ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਤੱਕ ਜਾਏ ਫੇਕ ਫਿਗਰਸ ਬਹੁਤ ਦਿਖਾਉਂਦੇ ਆ ਜੀ ਬਾਕੀ ਜੇ 10 ਫਿਲਮਾਂ ਰਿਲੀਜ਼ ਹੁੰਦੀਆਂ ਤੇ ਵਿੱਚੋਂ ਸਿਰਫ ਦੋ ਐ ਜਿਹੜੀਆਂ ਆਪਣਾ ਸ਼ਾਇਦ ਖਰਚਾ ਪੂਰਾ ਕਰਦੀਆਂ ਇੱਕ ਅੱਧੀ ਜ਼ਰੂਰ ਹੁੰਦੀ ਹੈ ਜਿਹੜੀ ਪ੍ਰੋਫਿਟ ਕੋਈ ਕੱਢਦੀ ਹੋਏਗੀ ਬਾਕੀ ਆਰਟ ਫਿਲਮਾਂ ਬਹੁਤ ਬੁਰੀ ਹਾਲਤ ਹੁੰਦੀ ਹੈ ਔਰ ਸ਼ਾਇਦ ਕਈ ਫਿਲਮਾਂ ਤਾਂ ਐਸੀਆਂ ਵੀ ਹੁੰਦੀਆਂ ਨੇ ਜਿਹੜੀਆਂ ਆਪਣੀ ਪਬਲਿਸਿਟੀ ਦਾ ਖਰਚਾ ਵੀ ਨਹੀਂ ਕੱਢ ਪਉਂਦੀਆਂ ਤੇ ਸੋ ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨਾ ਚਾਹੀਦਾ ਮਤਲਬ ਫੇਕ ਨਹੀਂ ਤੁਸੀਂ ਰਿਐਲਿਟੀ ਦਿਖਾਓ ਅੱਛਾ ਕੰਟੈਂਟ ਲਿਆਓ ਹਰ 10 ਸਾਲ ਬਾਅਦ ਸਿਨੇਮੇ ਦੀ ਸ਼ਕਲ ਬਦਲਦੀ ਹੈ ਟੇਸਟ ਚੇਂਜ ਹੁੰਦਾ ਆਡੀਅנס ਦਾ ਉਹਦੇ ਅਕੋਰਡਿੰਗਲੀ ਚੇਂਜ ਕਰਨਾ ਚਾਹੀਦਾ ਔਰ ਮੀਨਿੰਗਫੁਲ ਸਿਨੇਮਾ ਲਿਆਓ ਏਟਲੀਸਟ ਕ ਬਹੁਤ ਬਹੁਤ ਤੁਹਾਡਾ ਧੰਨਵਾਦ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲ ਕਰਾਂਗੇ ਜੀ ਅਸ਼ੋਕ ਤੰਗੜੀ ਸਾਹਿਬ ਦੀ ਗੱਲ ਕੀਤੀ ਆ ਇਹਨਾਂ ਨੇ ਥੀਏਟਰ ਦੇ ਬਹੁਤ ਵਧੀਆ ਆਰਟਿਸਟ ਨੇ ਬਹੁਤ ਵਧੀਆ ਡਾਇਰੈਕਟਰ ਵੀ ਨੇ ਅੱਜ ਮੌਕਾ ਮਿਲਿਆ ਉਹਨਾਂ ਨਾਲ ਵੀ ਗੱਲਬਾਤ ਕਰਨ ਦਾ ਤੇ ਅਗਲੇ ਹਿੱਸੇ ਦੇ ਵਿੱਚ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੇ ਨਵਤੇਜ ਸੰਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਮਿਹਰਬਾਨੀ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਲੈ ਕੇ ਆ ਰਹੇ ਹੋ ਫਿਲਮ ਜਿਹੜੀ ਸਾਡੇ ਦਰਸ਼ਕਾਂ ਨੂੰ ਥੈਂਕ ਯੂ ਜੱਗੀਪਾ ਜੀ ਬਹੁਤ ਮਿਹਰਬਾਨੀ ਥੈਂਕ ਯੂ ਜੀ ਜੀ ਦਾਦ ਨਾਲ ਇੱਕ ਬ੍ਰੇਕ ਲੈਣ ਬ੍ਰੇਕ ਤੋਂ ਬਾਅਦ ਹਾਜ਼ਰਾ ਜੀ ਇੱਕ ਵਾਰ ਫੇਰ ਬ੍ਰੇਕ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਫਿਲਮ ਜਮਰੋਦੀ ਤੇ ਫਿਲਮ ਦੇ ਡਾਇਰੈਕਟਰ ਨਵਤੇਜ ਸੰਧੂ ਸਾਡੇ ਨਾਲ ਸੀਗੇ ਤੇ ਹੁਣ ਸਾਡੇ ਨਾਲ ਮਹਿਮਾਨ ਜਿਹੜੇ ਜੁੜੇ ਨੇ ਜਿਨ੍ਹਾਂ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਹੈਗੇ ਸਾਡੇ ਗਵਾਂਢੀ ਨੇ ਤੇ ਹੈਗੇ ਜਿਵੇਂ ਦੂਰ ਦੇ ਗਵਾਂਢੀ ਹੁੰਦੇ ਮੁਲਾਕਾਤ ਘੱਟ ਹੁੰਦੀ ਸੀ ਤੇ ਉਦਾਂ ਗੱਲ ਕਰੀਏ ਤੇ ਉਹਨਾਂ ਦਾ ਉਹਨਾਂ ਦਾ ਵੀ ਥੀਏਟਰ ਦੇ ਨਾਲ ਬਹੁਤ ਗੂੜਾ ਰਿਸ਼ਤਾ ਹੈਗਾ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਔਰ ਬਹੁਤ ਹੀ ਅੱਛੇ ਇਨਸਾਨ ਜਿਹੜੇ ਹੈਗੇ ਨੇ ਉਹਨਾਂ ਨਾਲ ਹੁਣ ਗੱਲ ਕਰਾਂਗੇ ਅਸ਼ੋਕ ਟਾਂਗੜੀ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਜੀ ਟੈਕ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜਗੀ ਸਾਹਿਬ ਸਭ ਤੋਂ ਪਹਿਲਾਂ ਤਾਂ ਜਲਵੇ ਜਗੀ ਦੇ ਦੇਖਣ ਵਾਲੇ तमाम ਸ਼ੋਤਾਂ ਗੁਣਾ ਨੂੰ ਮੇਰੇ ਵੱਲੋਂ ਅਦਾਬ ਸਤਿ ਸ੍ਰੀ ਅਕਾਲ ਤੇ ਨਮਸਕਾਰ ਹੈ ਜੀ ਤੇ ਮੈਂ ਬੜਾ ਖੁਸ਼ ਨਸੀਬ ਸਮਝਦਾ ਆਪਣੇ ਆਪ ਨੂੰ ਕਿ ਅੱਜ ਤੁਹਾਡੇ ਰੂਬਰੂ ਨਹੀਂ ਇੱਕ ਇੱਕ ਕੋਸ਼ਿਸ਼ ਪਹਿਲਾਂ ਵੈਸੇ ਕਹੀ ਸੀ ਮੈਂ ਅਕਸਰ ਜਦੋਂ ਥੀਏਟਰ ਡੇ ਹੁੰਦਾ ਉਦੋਂ ਫਿਰ ਮੇਰੀ ਕੋਸ਼ਿਸ਼ ਹੁੰਦੀ ਵੀ ਘੱਟੋ ਘੱਟ ਉਸ ਦਿਨ ਤਾਂ ਅਸੀਂ ਪ੍ਰੋਪਰ ਥੀਏਟਰ ਦੀ ਗੱਲ ਕਰ ਜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਤਾਂ ਕਿ ਹੋਰ ਜੁੜਨ ਤੇ ਅਸੀਂ ਤਾਂ ਕਿ ਸਭ ਪਹਿਲਾਂ ਥੀਏਟਰ ਦੀ ਉਹ ਗੱਲ ਸ਼ੁਰੂ ਕਰਦੇ ਆਪਾਂ ਇੱਕ ਥੀਏਟਰ ਜੇ ਫਿਲਮਾਂ ਦੇ ਵਿੱਚ ਜਿਹੜੇ ਜਿੰਨੇ ਥੀਏਟਰ ਵਾਲੇ ਆਰਟਿਸਟ ਆਏ ਨੇ ਆਪਾਂ ਹਿੰਦੀ ਫਿਲਮਾਂ ਦੀ ਵੀ ਗੱਲ ਕਰ ਲਈ ਭਾਵੇਂ ਉਹਨਾਂ ਦਾ ਵੱਖਰਾ ਰੰਗ ਰੂਪ ਚਲਕਦਾ ਹੈ ਜਿਹੜੇ ਹੀਰੋ ਨੇ ਜਿਹੜੇ ਥੀਏਟਰ ਦੇ ਨਹੀਂ ਆਟ ਉਹ ਹੀਰੋ ਤਾਂ ਹੈਗੇ ਨੇ ਪਰ ਜੇ ਉਹ ਕੋਈ ਪੁਖਾਰੀ ਦਾ ਰੋਲ ਕਰੂਗਾ ਤੋ ਪੁਖਾਰੀ ਹੀ ਲੱਗੂਗਾ ਹੀਰੋ ਹੀ ਲੱਗਦਾ ਤੇ ਥੀਏਟਰ ਦਾ ਕਿੰਨਾ ਕੋ ਯੋਗਦਾਨ ਸਮਝਦੇ ਹੋ ਫਿਲਮਾਂ ਦੇ ਵਿੱਚ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਥੀਏਟਰ ਤਾਂ ਦਰਜਾ ਬਹੁਤ ਵੱਡਾ ਯੋਗਦਾਨ ਹੈ ਜੀ ਥੀਏਟਰ ਐਕਚੁਅਲੀ ਆਰਟਿਸਟ ਨੂੰ ਬਣਾਉਂਦਾ ਹੈ ਜੀ ਇਹ ਫਾਊਂਡਰ ਹੈ ਤੁਹਾਡਾ ਜਿਹੜੀ ਫਾਊਂਡੇਸ਼ਨ ਹੈ ਤੁਹਾਡੀ ਜੀ ਸਾਨੂੰ ਥੀਏਟਰ ਦੇ ਵਿੱਚ ਬੇਸਿਕਸ ਜਿਹੜੀਆਂ ਐਕਟਰ ਜਾਂ ਡਾਇਰੈਕਟਰ ਜੋ ਵੀ ਉਹਨਾਂ ਦੀਆਂ ਬੇਸਿਕਸ ਸਾਨੂੰ ਸਟੱਡੀ ਸਾਨੂੰ ਦੱਸੀ ਜਾਂਦੀ ਹੈ ਪੜਾਈ ਜਾਂਦੀ ਹੈ ਤੇ ਪ੍ਰੈਕਟੀਕਲੀ ਕੀ ਹੈ ਥੈਟਿਕਲੀ ਕੀ ਹੈ ਤੇ ਉਹ ਜਿਹੜੇ ਜਿੰਨੇ ਵੀ ਉਹਦੇ ਰੂਲ ਹਨ ਰੈਗੂਲੇਸ਼ਨਸ ਨੇ ਜਾਂ ਫੰਡਾਮੈਂਟਲ ਰੂਲਸ ਨੇ ਜੀ ਉਹ ਸਾਨੂੰ ਬਾਖੂ ਵੀ ਆਉਂਦੇ ਹੁੰਦੇ ਨੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਬੜੀ ਜਲਦੀ ਕਰੈਕਟਰ ਦੇ ਵਿੱਚ ਢਾਲ ਲੈਣੇ ਆ ਸਾਡੇ ਇੱਕ ਥੀਏਟਰ ਦੇ ਵਿੱਚ ਇੱਕ ਤਰਨ ਦਾ ਜੀ ਨੂੰ ਕਹਿੰਦੇ ਨੇ ਪੋਰਟਰੇਟ ਦਾ ਕਰੈਕਟਰ ਅੱਛਾ ਉਹ ਜਿਹੜਾ ਪੋਰਟਰੇਟ ਦਾ ਕਰੈਕਟਰ ਹੈ ਜਿਵੇਂ ਅਸੀਂ ਕਹਿੰਦੇ ਵੀ ਜਿਵੇਂ ਇੱਕ ਪਿਕਚਰ ਬਣਾਉਣੀ ਹੈ ਵੀ ਸਰਦਾਰ ਕਿੱਦਾਂ ਦਾ ਚਾਹੀਦਾ ਜੀ ਕਿੰਨਾ ਪੜਿਆ ਲਿਖਿਆ ਜੀ ਕਿੱਦਾਂ ਦੇ ਪੱਗ ਹੋ ਕਿੰਨੀ ਉਹਦੀ ਐਜੂਕੇਸ਼ਨ ਹੈ ਇਸੇ ਤਰ੍ਹਾਂ ਹੀ ਜਿਵੇਂ ਇੱਕ ਬੈਗਰ ਹੈ ਉਹ ਕਿਹੜੀ ਉਹਦੀ ਬੈਕਗ੍ਰਾਉਂਡ ਕੀ ਹੈ ਸਭ ਨਾਲ ਮੈਨਿਊਟਲੀ ਤਰੀਕੇ ਨਾਲ ਸਾਨੂੰ ਸਮਝਾਇਆ ਜਾਂਦਾ ਬਹੁਤ ਬਹੁਤ ਜ਼ਿਆਦਾ ਮੈਨੂੰ ਦੇਖਣਾ ਕਿਵੇਂ ਆ ਚੱਲਣਾ ਕਿਵੇਂ ਆ ਗੱਲਬਾਤ ਕਿਵੇਂ ਕਰੂਗਾ ਉਹਦੇ ਅਲਫਾਜ਼ ਕੀ ਹੋਣਗੇ ਉਹਦੀ ਬੋਲੀ ਕੀ ਉਸ ਬੜਾ ਕੁਝ ਇਹਦੇ ਵਿੱਚ ਮਿਊਟਲਿਸ ਨੂੰ ਦੱਸਿਆ ਜਾਂਦਾ ਜੀ ਇਸ ਕਰਕੇ ਅੱਛਾ ਫਿਲਮਾਂ ਦੀ ਜਿਹੜਾ ਫਰਕ ਦੇਖੀਏ ਤੇ ਮੈਂ ਇੱਕ ਸੀਗੀ ਹਿੰਦੀ ਫਿਲਮ ਦੇ ਵਿੱਚ ਮਿਲਿਆ ਥੋੜਾ ਜਿਹਾ ਕੰਮ ਤੇ ਉਹ ਕਹਿੰਦੇ ਵੀ ਜੱਗੀ ਸਾਹਿਬ ਆਪ ਬਹੁਤ ਅੱਛੀ ਐਕਟਿੰਗ ਕਰਦੇ ਹੋ ਪਰ ਯਾਹਾਂ ਐਕਟਿੰਗ ਨਹੀਂ ਕਰਨੀ ਆਪ ਨੇ ਫਿਲਮਾਂ ਦੇ ਵਿੱਚ ਉਹ ਕਹਿੰਦੇ ਵੀ ਐਕਟਿੰਗ ਨਹੀਂ ਕਰਨੀ ਨੈਚੁਰਲ ਗੱਲ ਕਰੋ ਨੈਚੁਰਲ ਜਿਵੇਂ ਨੈਚੁਰਲ ਜਾਂ ਹੁੰਦਾ ਉਦਾਂ ਹੀ ਰੱਖਣਾ ਪਰ ਥੀਏਟਰ ਵਾਲੇ ਥੋੜੀ ਆਤ ਪੈ ਜਾਂਦੀ ਲਾਊਡ ਕਰਨ ਦੀ ਨੇ ਜਗੀ ਸਾਹਿਬ ਇਸ ਤਰ੍ਹਾਂ ਐ ਵੀ ਥੀਏਟਰ ਦਾ ਤੇ ਸਿਨੇਮਾ ਦਾ ਕੀ ਫਰਕ ਹੈ ਐ ਵੀ ਸਿਨੇਮੇ ਦੇ ਵਿੱਚ ਪਹਿਲਾਂ ਤੁਹਾਡਾ ਫੇਸ ਆਉਂਦਾ ਹੈ ਤੁਹਾਡਾ ਐਕਸਪ੍ਰੈਸ਼ਨ ਆਉਂਦਾ ਅੱਖਾਂ ਆਉਂਦੀਆਂ ਤੁਹਾਡੀਆਂ ਕਿਉਂਕਿ ਕੈਮਰਾ ਕਲੋਜ਼ ਫਾੜ ਲੈਂਦਾ ਹੈ ਤੇ ਥੀਏਟਰ ਦੇ ਵਿੱਚ ਥੋੜੀ ਆਵਾਜ਼ ਹੁੰਦੀ ਹੈ ਇਹਦੇ 'ਚ ਤਾਂ ਤੁਸੀਂ ਬਹੁਤ ਹੀ ਜਿੰਨਾ ਨੇਚਰਲ ਰਹਿ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਉਹਨਾਂ ਬੈਟਰ ਡਿਫਰੈਂਸ ਹੈ ਸਿਨੇਮਾ ਔਰ ਥੀਏਟਰ ਦੇ ਵਿੱਚ ਕਾਫੀ ਜ਼ਿਆਦਾ ਐਕਟਿੰਗ ਦੇ ਵਿੱਚ ਬਾਕੀ ਹਾਂ ਉਹਦਾ ਫਰਕ ਹੈ ਪਰ ਠੀਕ ਹੈ بیس ਜਿਹੜਾ ਜਿਹਦਾ ਥੀਏਟਰ ਨਾਲ ਬਣ ਗਿਆ ਉਹ ਫਿਲਮਾਂ ਦੇ ਵਿੱਚ ਮਾਰ ਨਹੀਂ ਖਾਂਦਾ ਛੇਤੀ ਉਹ ਇਸ ਤਰ੍ਹਾਂ ਜੀ ਥੀਏਟਰ ਦੇ ਵਿੱਚ ਸਾਨੂੰ ਰਿਆਜ਼ ਬਹੁਤ ਕਰਾਇਆ ਜਾਂਦਾ ਹੈ ਬਾਰ ਬਾਰ ਕਿਉਂਕਿ ਉਹਦੇ ਵਿੱਚ ਰੀਟੇਕ ਹੈ ਨੀਗਾ ਜਿਹੜਾ ਥੀਏਟਰ ਹੈ ਉਹ ਬਾਰ ਬਾਰ ਹਸਲ ਕਰਨਾ ਫਿਰ ਅਸੀਂ ਪੱਕ ਜਾਨੇ ਜੀ ਸਾਡੀ ਪਕੜ ਹੋ ਜਾਂਦੀ ਹੈ ਫਿਲਮਾਂ ਦੇ ਵਿੱਚ ਇੱਕ ਚੀਜ਼ ਔਖੀ ਦੀ ਹੁੰਦੀ ਲੱਗਦੀ ਥੀਏਟਰ ਵਾਲੇ ਆਰਟਿਸਟਾਂ ਨੂੰ ਜਿੱਦਾਂ ਫਿਲਮ ਦੇ ਵਿੱਚ ਗੱਲ ਕਰੀਏ ਜਾਂ ਇਵਨ ਸੀਰੀਅਲ ਜਿਹੜੇ ਡੇਲੀ ਸੋਪ ਆਉਂਦੇ ਨੇ ਉਹਦੇ ਵਿੱਚ ਵੀ ਉਹਨਾਂ ਨੇ ਇੱਕ ਪੇਜ ਦੇਣਾ ਉਹੀ ਵੀ ਆ ਪੇਜ ਕਰਨਾ ਜੀ ਆਪਾਂ ਸੀਨ ਤੁਹਾਡਾ ਆ ਪੇਜ ਦਾ ਰੋਲ ਹੈਗਾ ਪਰ ਉਹ ਤੇ ਨਾ ਤਾਂ ਬੰਦੇ ਨੂੰ ਪਿਛਲਾ ਪਤਾ ਹੁੰਦਾ ਪਿੱਛੇ ਕੀ ਹੋਇਆ ਨਾ ਅਗਲਾ ਪਤਾ ਹੁੰਦਾ ਉਹ ਕੰਮ ਔਖਾ ਨਹੀਂ ਲੱਗਦਾ ਜਾਂ ਕੋਈ ਠੀਕ ਮਤਲਬ ਚੱਲ ਜਾਂਦਾ ਕੰਮ ਨਹੀਂ ਔਖਾ ਨਹੀਂ ਲੱਗਦਾ ਜੀ ਦੇਖੋ ਤੁਸੀਂ ਜਿਹੜਾ ਰਾਈਟਰ ਜਾਂ ਡਾਇਰੈਕਟਰ ਜਿਹੜਾ ਤੁਹਾਨੂੰ ਸਕ੍ਰਿਪਟ ਦਿੰਦਾ ਤੁਸੀਂ ਉਹਦੇ ਨਾਲ ਡਿਸਕਸ ਕਰੋ ਵੀ ਇਹਦੀ ਇਹਦੀ ਬੈਕਗ੍ਰਾਉਂਡ ਕੀ ਹੈ ਔਰ ਇਹਦਾ ਫਿਊਚਰ ਕੀ ਹੈ ਔਰ ਇਹ ਬੰਦਾ ਇਸ ਵੇਲੇ ਕਿਸ ਸਿਚੁਏਸ਼ਨ ਵਿੱਚ ਖੜਾ ਇਸ ਤੇ ਡਿਪੈਂਡ ਔਨ ਦਾ ਡਾਇਰੈਕਟਰ ਔਰ ਐਕਟਰ ਔਰ ਰਾਈਟਰ ਇਹ ਤਿੰਨਾਂ ਦਾ ਕੰਬੀਨੇਸ਼ਨ ਹੈ ਅਗਰ ਤੁਸੀਂ ਡਾਇਰੈਕਟਰ ਨੂੰ ਜਾਂ ਰਾਈਟਰ ਨੂੰ ਪੁੱਛੋ ਵੀ ਮੇਰਾ ਕਿਰਦਾਰ ਕੀ ਹੈ ਤਾਂ ਉਹ ਤੁਹਾਨੂੰ ਦੱਸਣਗੇ ਕੋ हां ये तो है बिल्कुल बाकी तजुर्बे ਨਾਲ ਸਾਰਾ ਕੁਝ ਆ ਜਾਂਦਾ ਅੱਛਾ ਅਸੀਂ ਹੁਣ ਗੱਲ ਕਰਦੇ ਫਿਲਮਾਂ ਵਾਲੀ ਗੱਲ ਥੋੜੀ ਕਰਕੇ ਫਿਰ theater ਵਾਲੇ ਪਾਸੇ ਆਵਾਂਗੇ ਤੁਸੀਂ ਜਿਵੇਂ ਅਜਮਰੋਦ ਫਿਲਮ ਦੇ ਵਿੱਚ ਵੀ ਤੁਹਾਡਾ ਮੈਂ ਦੇਖਿਆ ਪੋਸਟਰ ਦੇ ਵਿੱਚ ਬਹੁਤ ਅੱਛਾ ਕਿਰਦਾਰ ਹੈਗਾ ਤੇ ਕਿਸ ਤਰ੍ਹਾਂ ਦਾ ਕਿਰਦਾਰ ਹੈ ਚ 네ਗੇਟਿਵ ਹੈ ਜਾਂ ਕਰੈਕਟਰ ਰੋਲ ਕਿਤਾ ਕੈਨਸਲ ਨਹੀਂ ਨਹੀਂ ਇਹਦੇ ਵਿੱਚ ਬੜਾ ਪੋਜ਼ਿਟਿਵ ਰੋਲ ਹੈ ਮੈਨੂੰ ਨਵਤੇਜ ਸੰਧੂ ਉਹਨਾਂ ਨੇ ਬੜਾ ਇੱਕ ਕੈਨੇਡੀਅਨ ਬੰਦਾ ਉਸ ਵਿੱਚ ਬਣਿਆ ਹੈਗਾ ਜਿਹੜੇ ਕਿ ਉੱਥੋਂ ਪੰਜਾਬ ਤੋਂ ਇੱਕ ਫੈਮਿਲੀ ਆਉਂਦੀ ਹੈ ਤੇ ਉਹਨੂੰ ਮੈਂ ਸੰਭਾਲਦਾ ਜਾਂ ਉਹਦਾ ਜੋ ਵੀ ਕਾਗਜ਼ ਪੱਤਰ ਜੋ ਬਣਾਉਣੇ ਹੁੰਦੇ ਕੋਈ ਵਾਰੀ ਹੁੰਦਾ ਕਿ ਵੀ ਪੇਰੈਂਟਸ ਨੂੰ ਨਹੀਂ ਪਤਾ ਲੱਗਦਾ ਜਾਂ ਫੈਮਿਲੀ ਨੂੰ ਨਹੀਂ ਪਤਾ ਲੱਗਦਾ ਮੈਂ ਜਸਾਏ ਮੈਂ ਹੈਲਪਿੰਗ ਦਾ ਫੈਮਿਲੀ ਕਲੋਸ ਫਰੈਂਡ ਆਫ ਜੀ ਠੀਕ ਹੈ ਵਧੀਆ ਤੇ ਇਸ ਤੋਂ ਪਹਿਲਾਂ ਵੀ ਵਾਹ ਵਸਤਾ ਰਿਹਾ ਫਿਲਮਾਂ ਨਾਲ ਕਾਫੀ ਜ਼ਿਆਦਾ ਜਾਂ ਘਟ ਰਿਹਾ ਆਹ ਜੀ ਹੁਣ ਤਾਂ ਫਿਲਮਾਂ ਤੁਹਾਨੂੰ ਪਤਾ ਵੀ ਵੇਸ਼ਮਾਰ ਬਣ ਰਹੀਆਂ ਨੇ ਮੇਰੀ ਪਹਿਲੀ ਫਿਲਮ ਸੀਗੀ ਲੌਂਗ ਦਾ ਲਸ਼ਕਾਰਾ ਜੀ ਬਹੁਤ ਪੁਰਾਣੀ ਗੱਲ ਹੈ ਬਹੁਤ ਪਹਿਲਾਂ ਦੀ ਆ ਬਹੁਤ ਪੁਰਾਣੀਆਂ ਗੱਲਾਂ ਨੇ ਜੀ ਉਸ ਤੋਂ ਬਾਅਦ ਫਿਰ ਮੈਂ ਕੀਤੀ ਹੈ ਜੀ ਆਪਣਾ ਗੁਰਬਖ ਕੀਤੀ ਹੈ ਪਾਲੀ ਭਪਿੰਦਰ ਦੀ ਜੀ ਫਿਰ ਮੈਂ ਆਪਣੇ ਗਿੱਲ ਅਮਰਦੀਪ ਗਿੱਲ ਉਹਨਾਂ ਦੀ ਕਰਕੇ ਆਇਆ ਸੀ ਜੋ ਜੋਰਾ 10 ਨੰਬਰੀ ਆ 2 ਹਾਂਜੀ ਤੇ ਇੱਕੋ ਵਿੱਕੇ ਤੇ ਇੱਕੋ ਵਿੱਕੇ ਹੁਣ ਦੁਬਾਰਾ ਰਿਲੀਜ਼ ਹੋਈ ਹੈ ਹਾਂ ਦੁਬਾਰਾ ਰਿਲੀਜ਼ ਹੋਈ ਹੈ ਹਾਂਜੀ 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 ਤੇ ਇੱਕ ਵਾਰੀ ਫਿਲਮ ਆਈ ਏ ਤੇਰੀ ਮੇਰੀ ਗੱਲ ਬਣ ਗਈ ਪ੍ਰਿਤੀ ਸਪਰੂ ਦੇ ਨਾਲ ਅੱਛਾ ਜੀ ਹਾਂਜੀ ਉਹ ਵੀ ਰਿਲੀਜ਼ ਦੇ ਉੱਤੇ ਆ ਵਾ ਵਾ ਤੇ ਬਾਕੀ ਨੋ ਤੇ ਸੰਦੂਣਾ ਦੀ ਹੋਰ ਇੱਕ ਅੱਧੀ ਫਿਲਮ ਸ਼ਾਇਦ ਦੇ ਰਹੇ ਨੇ ਮੈਂ ਕਰ ਰਹੇ ਹਾਂ ਤੇ ਮੈਨੂੰ ਵੀ ਹੋ ਸਕਦਾ ਹੈ ਕਰ ਰਹੇ ਹਾਂ ਛੂਟੀ ਨਹੀਂ ਚਲੋ ਚਲੋ ਬੜੀ ਵਧੀਆ ਗੱਲ ਹੈ ਤੇ ਅੱਛਾ ਫਿਲਮਾਂ ਦਾ ਔਰ ਥੀਏਟਰ ਦਾ ਵੈਸੇ ਤਾਂ ਆਪਾਂ ਜਿਵੇਂ ਦੱਸਿਆ ਤੁਸੀਂ ਬਹੁਤ ਫਰਕ ਹੈਗਾ ਫਿਰ ਵੀ ਚੀਜ਼ ਤਾਂ ਇੱਕੋ ਹੀ ਹੈ ਜੀ ਇਹ ਮੇਨ ਅਸੈਸੀਟਡ ਐਂਟਰਟੇਨਮੈਂਟ ਦੀ ਗੱਲ ਕਰ ਲਈਏ ਮੈਸੇਜ ਦੀ ਗੱਲ ਕਰ ਲਈਏ ਕੋਈ ਇਤਿਹਾਸ ਦੀ ਗੱਲ ਕਰ ਲਈਏ ਸਾਰਾ ਕੁਝ ਥੀਏਟਰ ਵਿੱਚ ਵੀ ਹੈਗਾ ਵੀ ਉਹ ਅਸੀਂ ਕੁਝ ਕੁ ਲੋਕਾਂ ਨੂੰ ਦੱਸਦੇ ਆਂ ਤੇ ਫਿਲਮਾਂ ਦੇ ਵਿੱਚ ਵਾਈਡ ਵਾਈਡ ਹੋ ਚੱਲ ਜਾਂਦਾ ਤੇ ਥੀਏਟਰ ਦਾ ਤੁਹਾਡੀ ਸ਼ੁਰੂਆਤ ਜਿਹੜੀ ਆ ਅਸੀਂ ਉਹਦਾ ਜ਼ਿਕਰ ਕਰੀਏ ਜੇ ਕੁ ਕਿਵੇਂ ਹੋਈ ਥੀਏਟਰ ਵਾਲੇ ਪਾਸੇ ਝੁਕਾ ਕੇ ਵੀ ਹੋਇਆ ਕੋਈ ਪਰਿਵਾਰ ਦੇ ਵਿੱਚੋਂ ਸੀਗੇ ਇੱਧਰ ਜਾਂ ਤੁਸੀਂ ਆਪਣੇ ਤੌਰ ਤੇ ਹੀ ਇੱਧਰ ਆਏ ਨੇ ਨਹੀਂ ਜਲਜੀ ਸਾਹਿਬ ਜਦੋਂ ਤੁਸੀਂ ਆਪਣੇ ਜਵਾਨੀ ਪਹਿਰੇ ਚ ਹੁੰਦੇ ਹੋ ਜਾਂ ਜਦੋਂ ਤੁਸੀਂ ਸਕੂਲ ਜਾਂ ਕਾਲਜ ਚ ਪੜਦੇ ਹੋ ਹਰ ਬੰਦੇ ਅੰਦਰ ਇੱਕ ਨਾ ਚਣਗ ਹੁੰਦੀ ਆ ਉਹ ਜਾਂ ਗੇਮਸ ਜਾਣਾ ਚਾਹੁੰਦਾ ਹੈ ਜਾਂ ਡਾਇਰੈਕਟਰ ਬਣਨਾ ਚਾਹੁੰਦਾ ਹੈ ਇਹ ਕੁਦਰਤੀ ਗੋਡ ਗਿਫਟਡ ਚੀਜ਼ਾਂ ਨੇ ਜਿਹਨੂੰ ਤੁਸੀਂ ਹੌਲੀ ਹੌਲੀ ਫਿਰ ਡਿਵੈਲਪ ਕਰ ਲੈਨੇ ਹੋ ਮੈਂ ਜਦੋਂ ਕਾਲਜ ਦੇ ਵਿੱਚ ਹੀ ਪੜਦਾ ਸੀ ਉਦੋਂ ਹੀ ਮੇਰੇ ਦਿਮਾਗ ਦੇ ਵਿੱਚ ਸੀ ਵੀ ਯਾਰ ਮੈਂ ਐਕਟਰ ਬਣਨਾ ਅੱਛਾ ਜੀ ਉੱਥੇ ਮੈਂ ਚਿੱਟਪਟ ਕੰਮ ਕਰਦਾ ਰਿਹਾ ਕਾਲਜ ਦੇ ਵਿੱਚ ਬਿੰਦਰਾਕੋਲੀ ਪਟਿਆਲੇ ਪੜ੍ਹਿਆ ਉਸ ਤੋਂ ਬਾਅਦ ਫਿਰ ਜੀ ਮੈਂ ਹਰਪਾਲ ਟਵਾਣਾ ਸ਼੍ਰੀ ਹਰਪਾਲ ਟਵਾਣਾ ਜਿਹਨਾਂ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਦੇ ਕੋਲ ਮੈਂ 80 ਦੇ ਵਿੱਚ ਜੀ ਮੈਂ ਉਹਨਾਂ ਦਾ ਟ੍ਰਿਪ ਜਿਹੜਾ ਗਰੁੱਪ ਹੈ ਜਿਹੜਾ ਉਹ ਮੈਂ ਜੁਆਇਨ ਕਰ ਲਿਆ ਸੀਗਾ ਤੇ ਮੇਰੀ ਸਾਰੀ ਜਿਹੜੀ ਬੇਸਿਕ ਜਿਹੜੀ ਹੈਗੀ ਹੈ ਮੇਰੀ ਟ੍ਰੇਨਿੰਗ ਐਕਟਿੰਗ ਦੀ ਉਹ ਸ਼੍ਰੀ ਹਰਪਾਲ ਟਵਾਣਾ ਜੀ ਦੇ ਗਰੁੱਪ ਦੇ ਵਿੱਚ ਹੋਈ ਹੈ ਉਹ ਮੇਰੇ ਗੁਰੂਦੇਵ ਨੇ ਵਾਹ ਜੀ ਤੇ ਉੱਥੇ ਮੇਰੇ ਸੀਨੀਅਰ ਹੁੰਦੇ ਸੀ ਜੀ ਪਹਿਲਾਂ ਰਾਜਪੁਰ ਸਾਹਿਬ ਸੀਗੇ ਉਮਪਰੀ ਸੀ ਗੁਰਦਾਸ ਮਾਨ ਗਿਰਜਾ ਸ਼ੰਕਰ ਤੇ ਇਹ ਸੀਨੀਅਰ ਸੀਨੀਅਰ ਸੀਮਰ ਤੋਂ ਫਿਰ ਉਸ ਤੋਂ ਬਾਅਦ ਮੇਰੇ ਬੈਚਮੇਟ ਸੀਗੇ ਨਰਮਦ ਰਿਸ਼ੀ ਸਰਦਾਰ ਸੋਹੀ ਤੇ ਮੈਂ ਉਹ ਕਦੋਂ ਹੋਰ ਸੀਗੇ ਸਾਡੇ ਅਸੀਂ ਤੇ ਅਸੀਂ ਕਾਫੀ ਸਮਾਂ ਇਕੱਠਿਆਂ ਨੇ ਨਾਟਕ ਕੀਤੇ ਨੇ ਸੋਹੀ ਔਰ ਰਿਸ਼ੀ ਮੈਂ ਉਹਨਾਂ ਨਾਲ ਅਸੀਂ ਕਾਫੀ ਦਿਨ ਮਰਿਆ ਤੇ ਉਹ ਵੀ ਜਿਹੜਾ ਇੰਸਟੀਚਿਊਟ ਸੀ ਉਹ ਨੈਸ਼ਨਲ ਸਕੂਲ ਆਫ ਡਰਾਮਾ ਦੇ ਟ੍ਰੇਨਡ ਸੀਗੇ ਸੋ ਮੈਨੂੰ ਜਿਹੜੀ ਟ੍ਰੇਨਿੰਗ ਮਿਲੀ ਹੈ ਨੈਚੁਰਲਿਜ਼ਮ ਦੀ ਨੈਸ਼ਨਲ ਸਕੂਲ ਆਫ ਡਰਾਮਾ ਦੀ ਜੋ ਟੈਕਨੀਕ ਹੈ ਉਹ ਮੈਨੂੰ ਉੱਥੋਂ ਸਿੱਖਣ ਨੂੰ ਮਿਲੀ ਹੈ ਇਸੇ ਕਰਕੇ ਮੈਨੂੰ ਥੋੜਾ ਸੌਖਾ ਲੱਗਦਾ ਹੈ ਕਿਉਂਕਿ ਮੇਰਾ ਗੁਰੂ ਮੇਰਾ ਗੁਰੂ ਤਗੜਾ ਸੀ ਤੁਸੀਂ ਗੱਲ ਕੀਤੀ ਸਰਦਾਰ ਸੋਹੀ ਸਾਹਿਬ ਤੁਹਾਡੇ ਬੈਚਮੇਟ ਨੇ ਤੇ ਮਤਲਬ ਤੁਸੀਂ ਇੱਧਰ ਹੋਣ ਕਰਕੇ ਸਮੇਂ ਦੀ ਘਾਟ ਕਰਕੇ ਫਿਰ ਜਿਆਦਾ ਫਿਲਮਾਂ ਦੇ ਵਿੱਚ ਸਰਗਰਮ ਨਹੀਂ ਰਹੇ ਬਹੁਤ ਜਿਆਦਾ ਫਿਲਮ ਜਿਵੇਂ ਬਹੁਤ ਜਿਆਦਾ ਅਸੀਂ ਗੱਲ ਕਰਦੇ ਜਿਵੇਂ ਬਾਕੀ ਆਰਟਿਸਟ ਹੈਗੇ ਨੇ ਸਾਰੇ ਤੇ ਇੱਕ ਇੱਧਰ ਹੋਣ ਕਰਕੇ ਫਰਕ ਪਿਆ ਜਾਂ ਤੁਹਾਡੇ ਆਪਣੇ ਨਜ਼ਰੀਏ ਵੇ ਕਰਕੇ ਵੀ ਤੁਸੀਂ ਨਹੀਂ ਉੱਧਰ ਬਾਹਰ ਦੇਖੋ ਇੱਧਰ ਵਿਦੇਸ਼ਾਂ ਜਾ ਕੇ ਤੁਹਾਨੂੰ ਪਤਾ ਵੀ ਬੰਦੇ ਦੀ ਹਰ ਦੀ ਪ੍ਰਾਇੋਰਟੀਜ਼ ਬਦਲ ਜਾਂਦੀਆਂ ਨੇ ਤੇ ਨੈਚੁਰਲੀ ਕਿ ਮੈਂ ਫੈਮਿਲੀ ਨੂੰ ਸਰਵਾਈਵ ਕਰਨਾ ਮੇਰਾ ਪਹਿਲਾ ਫਰਜ਼ ਬਣਦਾ ਸੀ ਉਹਦੇ ਨਾਲ ਨਾਲ ਮੈਂ ਥੀਏਟਰ ਬਹੁਤ ਕੀਤਾ ਜੀ ਯੂ ਐਸ ਏ ਚ ਕੈਨੇਡਾ ਦੇ ਵਿੱਚ ਮੈਂ ਲਗਾਤਾਰ ਤੇ ਉਹਨੇ 1 ਸਾਲ ਦੇ ਵਿੱਚ ਤਾਰਾ ਸਾਗਰ ਮੇਰੇ ਦੋਸਤ ਨੇ ਬੜੇ ਵਧੀਆ ਪ੍ਰੋਡਿਊਸਰ ਨੇ ਥੀਏਟਰ ਦੇ ਵਿੱਚ ਉਹਨਾਂ ਨਾਲ ਕੇ ਤਕਰੀਬਨ ਸਾਲ ਦੇ 7-8 ਸ਼ੋਅ ਅਸੀਂ ਕਰਦੇ ਰਹੇ ਹਾਂ ਮੈਂ ਥੀਏਟਰ ਨਾਲ ਮੇਰਾ ਜਿਆਦਾ ਬਾਬ ਵਸਤਾ ਰਿਹਾ ਕਿਉਂਕਿ ਵਿੱਚ ਜੇ ਤੁਹਾਨੂੰ ਪਤਾ ਹੀ ਹੋਈ ਹੈ ਵੀ ਪੰਜਾਬੀ ਫਿਲਮਾਂ ਵੀ ਬਣਨੀਆਂ ਘਟ ਹੋ ਗਿਆ ਸੀ ਜਦੋਂ ਬਹੁਤ ਜ਼ਿਆਦਾ ਬਣਦੀ ਸੀ ਕਿਉਂਕਿ ਮੇਰਾ ਗੈਪ ਪੈ ਗਿਆ ਸੀ ਬਹੁਤ ਜ਼ਿਆਦਾ ਤੇ ਮੈਂ ਇਨ ਟੱਚ ਨਹੀਂ ਸੀ ਮੈਨੂੰ ਲੋਕ ਕਹਿੰਦੇ ਯਾਰ ਛੱਡ ਪਰੋ ਤਾਂ ਪ੍ਰਦੇਸ਼ ਚ ਬੈਠਾ ਹੈ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ ਬਟ ਹੁਣ ਮੈਂ ਫਿਰ ਫੁੱਲੀ ਡੈਡੀਕੇਟਿਡ ਹੋ ਗਿਆ ਹਾਂ ਸਿਨੇਮਾ ਵਾਸਤੇ ਤੇ ਮੈਂ ਤੇ ਅਸੀਂ ਇਸ ਤੋਂ ਬਾਅਦ ਥੀਏਟਰ ਦੀ ਗੱਲ ਜ਼ਰੂਰ ਹੋਰ ਕਰਨੀ ਚਾਹਾਂਗੇ ਇਧਰ ਲਈ ਥੀਏਟਰ ਦੀ ਜਿਹੜਾ ਤੁਸੀਂ ਇਧਰ ਕੀਤਾ ਜਿਆਦਾ ਥੀਏਟਰ ਵੀ ਲੋਕਾਂ ਨੇ ਦੇਖਿਆ ਹੋਊਗਾ ਇਧਰ ਲੀ ਬਹੁਤ ਸਾਰੇ ਦਰਸ਼ਕਣ ਦਿਖੇ ਹੋਗਾ ਬਹੁਤ ਸਾਰੇ ਲੋਕ ਹੈਗੇ ਨੇ ਸ਼ੌਕੀਨ ਥੀਏਟਰ ਦੇਖਣ ਦੇ ਵੀ ਸੋ ਅਗਲੇ ਹਿੱਸੇ ਦੇ ਵਿੱਚ ਅਸੀਂ ਇਧਰਲੇ ਥੀਏਟਰ ਦੀ ਗੱਲ ਕਰਾਂਗੇ ਫਿਰ ਹਾਜ਼ਰਾ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਟੂਡੀਓ ਦੇ ਵਿੱਚੋਂ ਗੱਲਬਾਤ ਚੱਲੀ ਕੈਲੀਫੋਰਨੀਆ ਸਟੂਡੀਓ ਚੋਂ ਫਿਲਮਾਂ ਬਾਰੇ ਤੇ ਅੱਜ ਥੀਏਟਰ ਦੀ ਗੱਲ ਕਰ ਰਹੇ ਆਂ ਸਾਡੇ ਨਾਲ ਅਸ਼ੋਕ ਟਾਂਗੜੀ ਸਾਹਿਬ ਜੁੜੇ ਨੇ ਇੱਥੇ ਕੈਲੀਫੋਰਨੀਆ ਦੇ ਵਿੱਚ ਹੀ ਰਹਿੰਦੇ ਨੇ ਇਹਨਾਂ ਨਾਲ ਜਿਹੜੀ ਅਗਲੀ ਗੱਲਬਾਤ ਕਰਦੇ ਆਂ ਜੀ ਟਾਂਗ ਸਾਹਿਬ ਇੱਕ ਸਵਾਲ ਮੈਂ ਫਿਲਮਾਂ ਬਾਰੇ ਹੋਰ ਕਰਕੇ ਤੇ ਫਿਰ ਆਪਾਂ ਇਧਰਲੇ ਥੀਏਟਰ ਦੀ ਗੱਲ ਕਰਦੇ ਆ ਫਿਲਮਾਂ ਜਿੰਨੀਆਂ ਅਸੀਂ ਕਹਿ ਲਈਏ ਕਿ ਹਿੱਟ ਹੋਈਆਂ ਜਾਂ ਲੋਕਾਂ ਨੇ ਪਸੰਦ ਕੀਤੀਆਂ ਤਕਰੀਬਨ ਤਕਰੀਬਨ ਕੋਵਿਡ ਦੇ ਦੌਰਾਨ ਦੀ ਗੱਲ ਮੈਂ ਆਪਣੀ ਗੱਲ ਦੱਸਦਾ ਵੀ ਜੇ ਮੈਂ ਘਰੇ ਬੈਠੇ ਨੇ ਹੁਣ ਪੰਜ ਸੱਤ ਫਿਲਮਾਂ ਇੱਕ ਦੇਖ ਲਈ ਪਹਿਲਾਂ ਪੰਜਾਬੀ ਦੂਜੀ ਦੇਖ ਲਈ ਤੀਜੀ ਦੇਖ ਲਈ ਚੌਥੀ ਦੇਖ ਲਈ ਤੇ ਮੁੜ ਕੇ ਇਹ ਦਿਮਾਗ ਚੋਂ ਭੁੱਲ ਜਾਂਦਾ ਸੀ ਕਿ ਕਿਹੜਾ ਕਿਹੜੀ ਫਿਲਮ ਦੇ ਵਿੱਚ ਕਿਹੜਾ ਐਕਟਰ ਐਕਟਰ ਉਹੀ ਨੇ ਸਾਰੇ ਕਿ ਵੀ ਕਰੈਕਟਰ ਕਿਹੜਾ ਸੀਗਾ ਤੇ ਇਹ ਜਿਹੜੇ ਉਹੀ ਇੱਕ ਤੁਰਿਆ ਆਉਣਾ ਬੈਜ ਹਰ ਫਿਲਮ ਦੇ ਵਿੱਚ ਉਹੀ ਮਾਮਾ ਉਹੀ ਫੁੱਫੜ ਉਹੀ ਭੂਆ ਉਹੀ ਇਹ ਇਹ ਇਹਦਾ ਕੀ ਕਾਰਨ ਆ ਇਹ ਕੋਈ ਖਾਸ ਕਾਰਨ ਆ ਜਾਂ ਉਹ ਇਹ ਸਮਝਦੇ ਨੇ ਵੀ ਸਾਡਾ ਇਹ ਗਰੁੱਪ ਜਿਹੜਾ ਇਹ ਲੱਕੀ ਹੈਗਾ ਅਸੀਂ ਇਹਨਾਂ ਦਾ ਤਾਂ ਫਿਲਮਾਂ ਹਿੱਟ ਹੁੰਦੀਆਂ ਕਿਉਂਕਿ ਸਾਰੇ ਸਾਰੇ ਉਹਨਾਂ ਦੇ ਆਰਟਿਸਟ ਹੀ ਹੁੰਦੇ ਕਈ ਫਿਲਮਾਂ ਦੇ ਵਿੱਚ ਜਗੀ ਸਾਹਿਬ ਦਰਅਸਲ ਗੱਲ ਇਹ ਆ ਵੀ ਫਿਲਮੀ ਲੋਗ ਹੈ ਇਹ ਬੇਵਮੀ ਦਾ ਹੁੰਦੇ ਹੀ ਨੇ ਤੁਹਾਨੂੰ ਪਤਾ ਹੀ ਹੈ ਜੀ ਇਹ ਤਾਂ ਜ਼ਰੂਰ ਕਹਿੰਦੇ ਨੇ ਵੀ ਯਾਰੇ ਮੈਂ ਪਿਛਲੀ ਵਾਰੀ ਫਿਲਮ ਬਣਾਈ ਸੀ ਹਿੱਟ ਹੋਈ ਸੀ ਇਹ ਮੇਰੇ ਲਈ ਲੱਕੀ ਸਾਬਤ ਹੋਇਆ ਹਾਂਜੀ ਬਾਕੀ ਇਹ ਨਾ ਡਿਪੈਂਡ ਕਰਦਾ ਤੁਹਾਡੇ ਮੇਕਰ ਦੇ ਉੱਤੇ ਤੁਹਾਡੇ ਪ੍ਰੋਡਿਊਸਰ ਤੇ ਉਹ ਡਾਇਰੈਕਟਰ ਤੇ ਵੀ ਤੁਸੀਂ ਨਵੇਂ ਐਕਟਰ ਦੇ ਉੱਤੇ ਰਿਸਕ ਲੈਣਾ ਚਾਹੁੰਦੇ ਹੋ ਜਾਂ ਨਹੀਂ ਲੈਣਾ ਚਾਹੁੰਦੇ ਜੀ ਜਦੋਂ ਕਿ ਤੁਸੀਂ ਹਾਲਾਂਕਿ ਨਵਾਂ ਚਿਹਰਾ ਲੋਕਾਂ ਨੂੰ ਦਿਨੇ ਹੋ ਉਹਦੇ ਜਿਆਦਾ ਚਾਂਸ ਬਣ ਜਾਂਦੇ ਆ ਹਮ ਫਿਲਮ ਦੇ ਹਿੱਟ ਹੋਣ ਦੇ ਵੀ ਲੋਕਾਂ ਦੀ ਅਟਰੈਕਸ਼ਨ ਵਧਣ ਦੇ ਵੀ ਜੀ ਸੋ ਇਹ ਹੁਣ ਡਿਪੈਂਡ ਕਰਦਾ ਵੀ ਤੁਸੀਂ ਜਿਹੜਾ ਮੇਕਰ ਆ ਵੀ ਉਹ ਉਹਦੇ ਲਈ ਕੁਝ ਹੰਟਿੰਗ ਕਰਦਾ ਜਾਂ ਤਸ਼ੱਦਦ ਕਰਦਾ ਜਾਂ ਮਤਲਬ ਭਾਲ ਕਰਦਾ ਵੀ ਕਿ ਮੈਨੂੰ ਕੋਈ ਨਵਾਂ ਐਕਟਰ ਚਾਹੀਦਾ ਤੇ ਇਹਦੇ ਵਿੱਚ ਕੀ ਇਹ ਹੈਗਾ ਐਕਸਪੈਂਸਿਵ ਗੇਮ ਬਹੁਤ ਜ਼ਿਆਦਾ ਜੀ ਅਗਰ ਇੱਕ ਦਿਨ ਦੇ ਵਿੱਚ ਤੁਸੀਂ ਇੱਕ ਐਕਟਰ ਨੂੰ ਤੁਸੀਂ ਲੈ ਲਿਆ ਮੰਨ ਲਓ ਉਹਦੀ ਤੁਸੀਂ ਬੈਕਗ੍ਰਾਉਂਡ ਨਹੀਂ ਪਤਾ ਤੁਹਾਨੂੰ ਵੀ ਕਿੰਨਾ ਕੁ ਵਧੀਆ ਕੰਮ ਕਰੂਗਾ ਜਾਂ ਕਿੰਨਾ ਵਧੀਆ ਨਹੀਂ ਕਰੂਗਾ ਬਈ ਉਹ ਐ ਹੁੰਦਾ ਵੀ ਕਿਤੇ ਖਰਚਾ ਹੀ ਨਾ ਹੋ ਜਾਏ ਕਿਤੇ ਮੁੜ ਕੇ ਫੇਰ ਬਦਲਣਾ ਪੈ ਜਾਏ ਸੋ ਇਸ ਕਰਕੇ ਥੋੜਾ ਜਿਹਾ ਵੀ ਰਿਸਕ ਨੂੰ ਥੋੜਾ ਘਬਰਾਉਂਦੇ ਨੇ ਅੱਛਾ ਹੁਣ ਅਸੀਂ ਥੀਏਟਰ ਦੀ ਗੱਲ ਕਰਦੇ ਹਾਂ ਥੀਏਟਰ ਅਸੀਂ ਲਿਖਦੇ ਹਾਂ ਪਾਕਿਸਤਾਨ ਵਾਲੇ ਵੀ ਉਹ ਹੈਗਾ ਬੇਸ਼ੱਕ ਵਕਰੀ ਤਰ੍ਹਾਂ ਦਾ ਪਰ ਹੈ ਉਹ ਵੀ ਥੀਏਟਰ ਹੀ ਹੈ ਜਿਹੜੇ ਡਰਾਮੇ ਵਗੈਰਾ ਹੁੰਦੇ ਨੇ ਤੇ ਪੰਜਾਬ ਦਾ ਥੀਏਟਰ ਸਾਡਾ ਜਾਂ ਉਹ ਉਸ ਲੈਵਲ ਤੱਕ ਕਿਉਂ ਨਹੀਂ ਪਹੁੰਚਿਆ ਉਹ ਥੀਏਟਰ ਨੂੰ ਟਿਕਟਾਂ ਲੈ ਕੇ ਲੋਕਾਂ ਨੂੰ ਦੇਖਣ ਦੀ ਕਿਉਂ ਨਹੀਂ ਆदत ਪੈਂਦੀ ਉਹਦੀ हां जी ये ता मैं कहूंगा जी पंजाब ਦੇ ਵਿੱਚ ਇਸ ਗੱਲ ਦੀ ਬੜੀ ਤਰਾਸਦੀ ਰਹੀ ਹੈ ਇਸ ਵੀ ਪੰਜਾਬ ਦਾ ਜਿਹੜਾ ਥੀਏਟਰ ਜਿਆਦਾ ਪਰਫੁੱਲਤ ਨਹੀਂ ਹੋਇਆ ਉਹਦਾ ਪਰਫੁੱਲਤ ਨਾ ਹੋਣ ਦਾ ਹੀ ਰੀਜਨ ਹੈ ਕਿ ਹਰ ਬੰਦਾ ਸਿਨੇਮੇ ਵੱਲੋਂ ਭਜਦਾ ਹੈ ਫਿਲਮਾਂ ਵੱਲੋਂ ਭਜਦਾ ਹੈ ਤੇ ਬਾਕੀ ਹੁਣ ਤੁਸੀਂ ਗੁਜਰਾਤ ਦਾ ਥੀਏਟਰ ਦੇਖ ਲਓ ਬੰਬੇ ਦਾ ਦੇਖ ਲਓ ਇੱਥੇ ਹਾਲੀਵੁੱਡ ਦਾ ਬਰੌਡਵੇ ਦੇਖ ਲਓ ਤੁਸੀਂ ਇੱਥੇ ਬਾ ਮਕਦਾ ਮਤਲਬ ਸلسل ਸਾਲ ਪਰ ਮਤਲਬ ਕਿ ਸ਼ੋਅ ਚੱਲਦੇ ਨੇ ਹਾਂਜੀ ਹਾਂ ਇਹ ਕਮਰਸ਼ੀਅਲ ਨਹੀਂ ਹੋ ਸਕਿਆ ਇਹਦਾ ਰੀਜ਼ਨ ਮੈਨੂੰ ਵੀ ਨਹੀਂ ਹਲਕਾ ਸਮਝ ਆਈ ਜੀ ਅੱਛਾ ਇਹਦੇ ਚ ਜਿਹੜਾ ਹੋਇਆ ਵੀ ਥੋੜਾ ਬਹੁਤ ਜਿਵੇਂ ਅਸੀਂ ਸ਼ੁਰੂਆਤ ਕੀਤੀ ਸੀ ਪਰ ਉਹ ਥੀਏਟਰ ਨਹੀਂ ਕਹਿ ਸਕਦੇ ਕਮੇਡੀ ਪਲੇ ਜਿਹੜੇ ਆਉਣੇ ਸ਼ੁਰੂ ਹੋਏ ਆ ਜੀ ਉਹਦੇ ਚ ਲੋਕੀ ਤਾਂ ਇੰਜੋਏ ਕਰਦੇ ਆ ਟਿਕਟਾਂ ਲੈ ਕੇ ਵੀ ਆਉਂਦੇ ਆ ਕਮੇਡੀ ਪਲੇ ਜਿਹਦਾ ਭਗਵੰਤ ਮਾਨ ਹੁੰਨਾਲਾ ਸੀ ਕਾ ਕਾਫੀ ਕੀਤੇ ਤੇ ਭੱਲੇ ਹੁਣ ਵੀ ਕੁਰਸੀਆਂ ਸਾਰੇ ਆਉਂਦੇ ਲੈ ਕੇ ਪਰ ਉਹ ਕੀ ਉਹਨੂੰ ਆਪਾਂ ਥੀਏਟਰ ਮੰਨ ਸਕਦੇ ਆ ਉਹ ਉਹਦਾ ਕੋਈ ਲੌਜੀਕ ਨਹੀਂ ਹੁੰਦਾ ਕਾਮੇਡੀ ਦੇ ਵਿੱਚ ਉਹਨਾਂ ਦਾ ਲੋਕਾਂ ਨੂੰ ਇਹ ਕੋਈ ਉਹਨਾਂ ਨੂੰ ਬੈਕਗ੍ਰਾਉਂਡ ਦੇ ਧਿਆਨ ਨਹੀਂ ਹੁੰਦਾ ਵੀ ਪਿੱਛੇ ਕੀ ਸੈਟਾ ਕੀ ਨਹੀਂ ਹੈਗਾ ਤੇ ਉਹ ਉਹਨੂੰ ਥੀਏਟਰ ਮੰਨ ਸਕਦੇ ਜਾਂ ਉਹ ਇੱਕ ਸਿਰਫ ਜਸਟ ਐਂਟਰਟੇਨਮੈਂਟ ਨਹੀਂ ਹੈ ਤਾਂ ਖਰ ਉਹ ਥੀਏਟਰ ਦਾ ਹੀ 파ਰਟ ਹੈ ਇੱਕ ਲੇਕਿਨ ਉਹਨੂੰ ਆਪਾਂ ਸਕਿੱਟ ਦੇ ਤੌਰ ਤੇ ਲੈ ਸਕਦੇ ਆਪਾਂ ਉਹਨੂੰ ਲੇਕਿਨ ਜਿਹੜਾ ਕੰਪਲੀਟ ਥੀਏਟਰ ਦਾ ਐਕਚੁਅਲੀ ਜਿਹੜਾ ਕੰਪਲੀਟ ਥੀਏਟਰ ਦਾ ਜਿਹੜਾ ਮਾਇਨਾ ਹੈ ਉਹਦਾ ਉਹਦਾ ਕੀ ਹੈ ਵੀ ਤੁਹਾਡੀ ਇੱਕ ਤਾਂ ਕੰਪਲੀਟ ਪਿੱਛੇ ਪੂਰਾ ਸੈਟ ਲੱਗਿਆ ਹੋਵੇ ਤੁਹਾਡਾ ਕੰਪਲੀਟ ਕਹਾਣੀ ਹੋਵੇ ਉਹਦੀ ਐਟ ਲੀਸਟ ਉਹ ਜਿਹੜੀ ਕਹਾਣੀ ਹੈ ਥੋੜੀ 2 ਘੰਟੇ ਚੱਲੇ ਜਿਹੜੇ ਥੋੜੇ ਚੁਟਕਲੇ ਕਹਾਣੀ ਚੱਲੇ ਤੇ ਜਿਹੜੇ ਉਹਦੇ ਚ ਫਿਰ ਪੂਰੀ ਲਾਈਟਸ ਮਿਊਜ਼ਿਕ ਟੋਟਲੀ ਆਏ ਲੱਗੇ ਵੀ ਜਿਵੇਂ ਇੱਕ ਸਿਨੇਮਾ ਚੱਲ ਰਿਹਾ ਹੈ ਹਾਂਜੀ ਥੀਏਟਰ ਮੈਨੂੰ ਵੀ ਥੋੜਾ ਬਹੁਤ ਕਰਨ ਦਾ ਮੌਕਾ ਮਿਲਦਾ ਉਹ ਬਾਕਾਇਦਾ ਉਹਦੇ ਚ ਮੂਵਮੈਂਟ ਜਿਹੜੀ ਹੈ ਉਹ ਵੀ ਇੰਨੇ ਸਟੈਪ ਲੈਣੇ ਐਸ ਸਿੰਗਲ ਤੇ ਲੈਣੇ ਤੇ ਉਹ ਚ ਲੈਣੇ ਤਾਂ ਸਾਡੇ ਇੱਥੇ ਅਸੀਂ ਜਿਹੜਾ ਅਸੀਂ ਕਰਦੇ ਸੀ ਇਹ ਚ ਤਾਂ ਗੱਸਦਾ ਇਹ ਤਾਂ ਡਾਇਲੋਗ ਨਹੀਂ ਚਲ ਅੱਛਾ ਹੁਣ ਤੁਹਾਡੇ ਥੀਏਟਰ ਦੀ ਗੱਲ ਕਰਦੇ ਇਧਰਲੇ ਮੋੜ ਕੇ ਜੀ ਇਧਰ ਲਈ ਮਿਲ ਕਾ ਤੁਹਾਨੂੰ ਕੀ ਰਿਸਪੌਂਸ ਰਿਹਾ ਆਮ ਤੌਰ ਤੇ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਤੁਸੀਂ ਕਮਰਸ਼ੀਅਲੀ ਕੁਝ ਕਰਿਆ ਹੋਊਗਾ ਜਾਂ ਕੋਈ ਜਿਹੜੇ ਆਰਟਿਸਟ ਤੁਹਾਣਾ ਕੰਮ ਕਰਦੇ ਆ ਉਹ ਵੀ ਉਹ ਉਹ ਇਹ ਸੋਚ ਕੇ ਕਰਨ ਵੀ ਠੀਕ ਹੈ ਜੀ ਸਾਨੂੰ ਆ ਜਿਹੜੀ ਅਸੀਂ ਉਦਾਂ ਦਿਹਾੜੀ ਲਾਉਨੇ ਆ ਉਹਨਾਂ ਨਾਲੋਂ ਤਾਂ ਇਧਰ ਜ਼ਿਆਦਾ ਵਧੀਆ ਚੱਲਦਾ ਥੀਏਟਰ ਦੇ ਵਿੱਚ ਤੇ ਉਦਾਂ ਜਾਣ ਇਦਾਂ ਦਾ ਤਾਂ ਕੋਈ ਨਹੀਂ ਹੈਗਾ ਇੱਥੇ ਕਮਰਸ਼ੀਅਲੀ ਅਸੀਂ ਗੱਲ ਕਰੀਏ ਨਹੀਂ ਇਸ ਗੱਲੋਂ ਤੁਸੀਂ ਬਿਲਕੁਲ ਸਹੀ ਗੱਲ ਕਹਿੰਦੇ ਹੋ ਜੀ ਥੀਏਟਰ ਮੈਂ ਤਾਂ ਕਮਰਸ਼ੀਅਲੀ ਨਾ ਦੇਖਿਆ ਤੇ ਨਾ ਹੀ ਮੈਨੂੰ ਕੋਈ ਆਸ ਹੈ ਵੀ ਆਨਲਾਈਨ ਟਾਈਮ ਦੇ ਵਿੱਚ ਇਹ ਹੋ ਸਕਦਾ ਹੈ ਉਹ ਆਪਣੇ ਲੋਕਾਂ ਦਾ ਜਿਆਦਾ ਧਿਆਨ ਜਿਹੜਾ ਰੁਝਾਨ ਉਹ ਫਿਲਮਾਂ ਵੱਲ ਜਿਆਦਾ ਹੈ ਜੀ ਤੇ ਅਸੀਂ ਵੀ ਇੱਥੇ ਥੀਏਟਰ ਕਰਦੇ ਹਾਂ ਸ਼ੌਕੀਆ ਕਰਦੇ ਹਾਂ ਪਰ ਇਹ ਹੈ ਵੀ ਅਸੀਂ ਆਪਣੇ ਪੱਲਿਓ ਲਾ ਕੇ ਪੈਸੇ ਤਾਂ ਨਹੀਂ ਕਰਦੇ ਐਡਮਿਸਨ ਸਾਨੂੰ ਸਪான்ਸਰ ਬਣ ਜਾਂਦੇ ਨੇ ਸਪான்ਸਰ ਮਿਲ ਜਾਂਦੇ ਨੇ ਖਰਚਾ ਨਿਕਲ ਜਾਂਦਾ ਬਿਲਕੁਲ ਖਰਚਾ ਹੀ ਨਿਕਲਦਾ ਹੈ ਬਿਲਕੁਲ ਨਿਕਲਦਾ ਹੈ ਜਿਹੜੀਆਂ ਰਿਹਸਲਾਂ ਕਰਦੇ ਆਂ ਟਾਈਮ ਕੱਢ ਕੇ ਉਹ ਦਾ ਉਹ ਦਾ ਕੋਈ ਨਹੀਂ ਉਹ ਉਹ ਦਾ ਉਹ ਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਜੀ ਇਹ ਸਿਰਫ ਸ਼ੌਕ ਹੀ ਹੈ ਤੇ ਉਹ ਲੱਗੇ ਹੋਇਆ ਸੀ ਤੇ ਕਾਮਯਾਬ ਹੈ ਕੋਈ ਇਹੋ ਜੀ ਗੱਲ ਨਹੀਂ ਕੋਈ ਘਬਰੌੜ ਵਾਲੀ ਗੱਲ ਨਹੀਂ ਹਾਂ ਨਹੀਂ ਮੈਂ ਦੇਖਿਆ ਜੀ ਇੱਥੇ ਵੀ ਜਿਹੜੇ ਪੈਨ ਡਰਾਪ ਸਾਇਲੈਂਸ ਹੁੰਦੀ ਉਹਨਾਂ ਦੇ ਵਿੱਚ ਜਿਹੜੇ ਬਿਲਕੁਲ ਬੜਾ ਪਿਆਰ ਦਿੱਤਾ ਜੀ ਲੋਕਾਂ ਨੇ ਤੇ ਕਿਹੜੇ ਕਿਹੜੇ ਜਿਆਦਾ ਕੀਤੇ ਇੱਥੇ ਜਿਹੜੇ ਸਾਇਲੈਂਸ ਕਿਉਂਕਿ ਸਾਨੂੰ ਜਦੋਂ ਮੈਂ ਇੱਥੇ ਆਇਆ ਨਹੀਂ ਅਮਰੀਕਾ ਦੁਆਰਾ ਹੁਣ ਆਇਆ ਪਹਿਲਾਂ ਤਾਂ ਆਉਂਦੇ ਤਾਂ ਬਹੁਤ ਦੇਰ ਦੇ ਆ ਤੇ ਉਦੋਂ ਜ਼ਿਕਰ ਤੁਹਾਡਾ ਚੱਲਿਆ ਸੀਗਾ ਉਹਨਾਂ ਦਾ ਨਾਟਕ ਦੇਖ ਕੇ ਆਇਆ ਜੀ ਤੇ ਕਿਹੜੇ ਕਿਹੜੇ ਨਾਟਕ ਇੱਥੇ ਹੁਣ ਤੱਕ ਕੀਤੇ ਆ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਆ ਨਹੀਂ ਰਿਸਪੌਂਸ ਦਾ ਬਹੁਤ ਕਮਾਲ ਦਾ ਮਿਲਿਆ ਜੀ ਵੈਸੇ ਨਾਟਕ ਤਾਂ 2006 ਤੋਂ ਮੇਰੇ ਖਲ ਪੰਜ ਤੋਂ ਤਾਰਾ ਭਾਜੀ ਦੇ ਨਾਲ ਅਸੀਂ ਸ਼ੁਰੂ ਕੀਤੇ ਐ ਕਿਹੜਾ ਸੀਗਾ ਜੀ ਪਹਿਲਾਂ ਜਿਹੜਾ ਸ਼ੁਰੂ ਕੀਤਾ ਇਥੇ ਪਹਿਲਾਂ ਸਾਡਾ ਨਾਟਕ ਸੀ ਜੀ ਮਿੱਟੀ ਰੋਦਨ ਕਰੇ ਮਿੱਟੀ ਰੋਦਨ ਕਰੇ ਹਾਂ ਜੀ ਅਜਮੇਰ ਸਿੰਘ ਉਹਨਾਂ ਦਾ ਲਿਖਿਆ ਹੋਇਆ ਸੀਗਾ ਅਜਮੇਰ ਸਿੰਘ ਆ ਲਖ ਸੀਗੇ ਹਾਂ ਜੀ ਉਹਨਾਂ ਦਾ ਲਿਖਿਆ ਸੀ ਫਿਰ ਅਸੀਂ ਕੀਤਾ ਬੋਲ ਸ਼੍ਰੀਕਰਾਂ ਦੇ ਕੀਤਾ ਜੀ ਫਿਰ ਅਸੀਂ ਕ ਜੀ ਤੇ ਫਿਰ ਅਸੀਂ ਸਾਡੇ ਜਿਹੜੇ ਬਹੁਤ ਜ਼ਿਆਦਾ ਮਕਬੂਲ ਸਾਡੇ ਹੋਏ ਨੇ ਦੋ ਨਾਟਕ ਧੀਆਂ ਮਰ ਜਾਣੀਆਂ ਡਾਕਟਰ ਅਜਮੇਰ ਸਿੰਘ ਆ ਲਖ ਦਾ ਨਾਟਕ ਸੀਗਾ ਨਿਉ ਜੜ ਕਿਉਂ ਨਿਉ ਜਾਰੇ ਇਥੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਸੀ ਉਹਦਾ ਨਾਂ ਬਦਲ ਕੇ ਧੀਆ ਮਰ ਜਾਣੀਆਂ ਮਰ ਜਾਣੀ ਫਿਰ ਅਸੀਂ ਬਾਅਦ ਦੇ ਵਿੱਚ ਫਿਲਮ ਵੀ ਉਹਦੀ ਹਾਂਜੀ ਉਹਦੀ ਅਸੀਂ ਬਾਅਦ ਦੇ ਵਿੱਚ ਮਿਸਟਰ ਰੇਵ ਵਾਲੀ ਆ ਹਾਂਜੀ ਨਾਲ ਨਾਲ ਕੇ ਅਸੀਂ ਫਿਰ ਉਹਦੀ ਫਿਲਮ ਬਣਾਈ ਸਾਡਾ ਜਿਹੜਾ ਉਸ ਤੋਂ ਵੀ ਜ਼ਿਆਦਾ ਫਿਰ ਇੱਕ ਬਹੁਤ ਮਕਬੂਲ ਨਾਟਕ ਹੋਇਆ ਸਾਡਾ ਉਹ ਕਿਸਾਨ ਖੁਦਕਸ਼ੀ ਦੇ ਮੋੜ ਤੇ ਜੀ ਡਾਕਟਰ ਕੁਲਦੀਪ ਸਿੰਘ ਦੀਪ ਦਾ ਲਿਖਿਆ ਹੋਇਆ ਨਾਟਕ ਉਹ ਤਕਰੀਬਨ ਅਸੀਂ 2 ਸਾਲ ਮੈਦ ਤਾਰਾ ਪਾਜੀ ਅਸੀਂ ਖੇਡਦੇ ਰਹੇ ਹਾਂ ਔਰ ਸਾਨੂੰ ਅਸੀਂ ਤਹਿ ਦਿਲੋਂ ਸ਼ੁਕਰੀਆ ਦਾ ਕਰਦੇ ਹਾਂ ਦਰਸ਼ਕਾਂ ਦਾ ਕੈਲੀਫੋਰਨੀਆ ਦਾ ਸਾਨੂੰ ਇੰਨਾ ਪਿਆਰ ਮਿਲਿਆ ਉਹਨਾਂ ਦਾ ਤੇ ਵੀ ਉਹ ਵੀ ਸਾਡੇ ਮਤਲਬ ਕਿ ਯਾਦਗਾਰ ਹੈ ਇਸ ਵੇਲੇ ਇੱਕ ਕਿਸਾਨ ਮਿਰਖਲ ਨਰਨਤੋਂ ਤੋਂ ਪਹਿਲਾਂ ਹੀ ਕਾਫੀ ਦਿਨ ਪਹਿਲਾਂ ਖੇਡਿਆ ਹੁੰਦਾ ਉਹ ਜਿਹੜੇ ਜਿਹੜੇ ਕਰਜ਼ਿਆਂ ਨਾਲ ਖੁਦ ਕੁਛੇ ਬਲੇ ਪ੍ਰੋਜੈਕਟ ਜਿਹੜੇ ਕੋਈ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨੇ ਚਾਹੂੰ ਕੋਈ ਫਿਲਮਾਂ ਜਾਂ ਕੋਈ ਸ਼ਾਰਟ ਫਿਲਮ ਹਾਂਜੀ ਬਸ ਥੀਏਟਰ ਦਾ ਦੌਰ ਹੁਣ ਥੋੜਾ ਜਿਹਾ ਘਟਿਆ ਹੋਇਆ ਤੁਹਾਨੂੰ ਪਤਾ ਲੋਕ ਕੋਰੋਨਾ ਦੇ ਡਰ ਦੇ ਮਾਰੇ ਇੰਨਾ ਤਾਂ ਸਿਰ ਮੇਂ ਜਾਂਦੇ ਨੇ ਜੀ ਤੇ ਨਾ ਹੀ ਨਾਟਕ ਦੇਖਣ ਦੀ ਕੋਈ ਕੋਸ਼ਿਸ਼ ਕਰ ਰਹੇ ਨੇ ਹਾਂ ਅਸੀਂ ਇੱਕ ਫਿਲਮ ਸਾਡੀ ਬਿਲਕੁਲ ਨੈਕਸਟ ਵੀਕ ਰਿਲੀਜ਼ ਹੋਣ ਜਾ ਰਹੀ ਹੈ ਸ਼ਾਰਟ ਫਿਲਮ ਹੈ 40 ਮਿੰਟ ਦੀ ਉਹਦਾ ਨਾਮ ਹੈ ਦੌੜ ਦੌੜ ਜਿਹੜੀ ਲੱਗੀ ਆ ਹਾਂ ਜਿਹੜੀ ਦੌੜ ਦੁਨੀਆ ਚ ਲੱਗੀ ਹੋਈ ਹੈ ਵੀ ਖੱਬੇ ਦੌੜ ਸੱਜੇ ਦੌੜ ਤੇ ਉਹਦੇ ਉੱਤੇ ਬੇਸਡ ਹੈ ਜੀ ਤੇ ਕੁਝ ਸ਼ਾਰਟ ਫਿਲਮਾਂ ਬਾਕੀ ਕੁਝ ਹੋਰ ਫਿਲਮਾਂ ਦੀ ਆਫਰ ਆਈ ਹੋਈ ਹੈ ਤੇ ਮੈਂ ਸ਼ੂਟ ਕਰਨ ਜਾ ਰਿਹਾ ਬੜੀ ਜਲਦੀ ਕੁਝ ਕੈਨੇਡਾ ਕੁਝ ਇੰਡੀਆ ਅੱਛਾ ਜੀ ਤੇ ਅੱਜਕੱਲ ਫਿਲਮਾਂ ਵਾਲੀ ਥੋੜਾ ਜਿਆਦਾ ਧਿਆਨ ਹੈ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਫਿਲਮਾਂ ਦਾ ਰਿਆਨ ਸਾਰਾ ਬਹੁਤ ਵਧੀਆ ਹੈਗਾ ਬੜੀ ਵਧੀਆ ਗੱਲਬਾਤ ਹੋਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਖੀਰ ਦੇ ਵਿੱਚ ਕੋਈ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਤਾਂ ਜ਼ਰੂਰ ਦਿਓ ਉਸਨੇ ਬਾਜੀ ਮਿਹਰਬਾਨੀ ਹੈ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਦੀ ਔਰ ਜੱਗੀ ਸਾਹਿਬ ਦੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਸਕਾਂ ਤੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਵੀ ਆਰਟਿਸਟਾਂ ਨੂੰ ਪਿਆਰ ਕਰਦੇ ਰਹੋ ਚੰਗੇ ਸਿਨੇਮੇ ਦੀ ਚੰਗੀਆਂ ਫਿਲਮਾਂ ਦੀ ਹਮੇਸ਼ਾ ਦੇਖਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਉਹਨਾਂ ਦੀ ਡਿਮਾਂਡ ਨੂੰ ਪੈਦਾ ਕਰੋ ਤੇ ਬਸ ਇਹੀ ਕਹੂੰਗਾ ਜੀ ਹੋਰ ਮੈਂ ਤੁਹਾਡਾ ਅਸ਼ੀਰਵਾਦ ਚਾਹੀਦਾ ਸਭ ਨੂੰ ਸਾਰਿਆਂ ਨੂੰ ਤੇ ਬਾਕੀ ਮਿਹਰਬਾਨੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਬੜੀ ਵਧੀਆ ਗੱਲਬਾਤ ਹੋਈ ਥੀਏਟਰ ਦੇ ਅਸੀਂ ਫਿਰ ਵੀ ਗੱਲ ਕਰਾਂਗੇ ਤੇ ਤੁਹਾਨੂੰ ਫਿਰ ਵੀ ਕਸ ਦਿੰਦੇ ਰਾਵਾਂਗੇ ਅੱਜ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਮਿਹਰਬਾਨੀ ਤੁਹਾਡਾ ਥੈਂਕ ਯੂ ਜੀ ਮਿਹਰਬਾਨੀ ਹੈ ਜੀ ਜੀ ਇਹ ਸੀਗੇ ਜੀ ਸਾਡੇ ਨਾਲ ਅਸ਼ੋਕ ਟੰਗੜੀ ਸਾਹਿਬ ਥੀਏਟਰ ਦੇ ਡਾਇਰੈਕਟਰ ਨੇ ਔਰ ਆਰਟਿਸਟ ਨੇ ਬਹੁਤ ਵਧੀਆ ਫਿਲਮਾਂ ਦੇ ਵਿੱਚ ਵੀ ਅੱਜਕੱਲ ਪੂਰਾ ਸਰਗਰਮ ਨੇ ਸੋ ਇਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਤੁਹਾਡਾ ਤੇ ਨਾਲ-ਨਾਲ ਘਰਾਂ ਵਿੱਚ ਜਿਹੜੇ ਬੈਠੇ ਦਰਸ਼ਕਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ